ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਵੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਬਹੁਤ ਹੀ ਸਤਿਕਾਰਯੋਗ ਗਾਇਕ ਗਿੱਲ ਹਰਦੀਪ ਹੁਰੀ ਗਿੱਲ ਹਰਦੀਪ ਹੁਰੀ ਕੋਕਰੀ ਕਲਾ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਜਨਮ ਇਹਨਾਂ ਦੇ ਨਾਨਕੇ ਪਿੰਡ ਤਖਤੂਪੁਰੇ ਦੇ ਵਿੱਚ ਹੁੰਦਾ ਹੈ 1992 ਦੇ ਵਿੱਚ ਗਿੱਲ ਹਰਦੀਪ ਹੁਰੀ ਸਮੇਤ ਪਰਿਵਾਰ ਕੈਨੇਡਾ ਚਲੇ ਜਾਂਦੇ ਨੇ ਅਤੇ ਉੱਥੋਂ ਵਾਪਸ ਆ ਕੇ ਸਾਲ 1994 ਦੇ ਵਿੱਚ ਇਹ ਆਪਣੀ ਪਹਿਲੀ ਟੇਪ ਕਰਦੇ ਨੇ ਇਹ ਪਹਿਲੀ ਟੇਪ ਇਹਨਾਂ ਦੀ ਸੁਪਰ ਡੁਪਰ ਹਿੱਟ ਰਹੀ ਉਸ ਤੋਂ ਬਾਅਦ ਇਹ ਹੁਣ ਕੈਨੇਡਾ ਐਪਸਫੋਰਡ ਹੀ ਰਹਿੰਦੇ ਨੇ ਅਤੇ ਅੱਜ ਖਾਸ ਤੌਰ 'ਤੇ ਪ੍ਰੋਗਰਾਮ ਸਿਗਨੇਚਰ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨਗੇ ਇਹਨਾਂ ਦੇ ਗਾਏ ਹੋਏ ਗੀਤ ਭਾਵੇਂ ਅਸੀਂ ਗੱਲ ਕਰ ਲਈਏ ਕਰੀਂ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ ਜਾਂ ਫਿਰ ਗੁਰਦਾਸ ਮਾਨ ਸਾਹੂਰਾ ਨੂੰ ਡੈਡੀਕੇਟਡ ਇਹਨਾਂ ਦਾ ਗੀਤ ਜੁਗ ਜੁਗ ਜੀਵੇ ਮਨ ਮਣ ਪੰਜਾਬੀ ਬੋਲੀ ਦਾ ਜਾਂ ਫਿਰ ਸੀਟੀ ਮਾਰ ਅਰਜਣਾਵੇ ਹੋਰ ਬਹੁਤ ਸਾਰੇ ਮਕਬੂਲ ਗੀਤ ਇਹਨਾਂ ਦੇ ਹੋਏ ਨੇ ਜਿਹੜੇ ਅਸੀਂ ਅੱਜ ਤੱਕ ਵੀ ਸੁਣਦੇ ਆ ਰਹੇ ਹਾਂ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਗੁਰਦੀਪ ਜੀ ਮੇਰੇ ਵੱਲੋਂ ਤੁਹਾਨੂੰ ਅਤੇ ਵੀ ਸੋਸ਼ਲ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਤਾਂ ਆਮ ਹੀ ਹੈ ਜਦੋਂ ਗਾਇਕੀ ਦੀ ਲਾਈਨ ਦੇ ਵਿੱਚ ਕੋਈ ਵੀ ਕਲਾਕਾਰ ਆਉਂਦਾ ਤਾਂ ਉਹ ਚਾਹੁੰਦਾ ਕਿ ਮੇਰਾ ਨਾਮ ਆ ਕੁਛ ਇੱਦਾਂ ਦਾ ਹੋਵੇ ਜਿਹੜਾ ਸਾਰਿਆਂ ਦਾ ਧਿਆਨ ਖਿੱਚੇ ਤੁਸੀਂ ਹਰਦੀਪ ਗਿੱਲ ਸੀਗੇ ਇਹ ਗਾਇਕੀ ਦੇ ਲਈ ਗਿੱਲ ਹਰਦੀਪ ਕਿਉਂ ਹੋਏ ਤੁਸੀਂ ਇਸ ਤਰ੍ਹਾਂ ਮੇਰਾ ਪਹਿਲੀ ਸੀ ਡੀ 'ਤੇ ਉਦੋਂ ਕੈਸਟਾਂ ਰੀਲਾਂ ਹੁੰਦੀਆਂ ਸੀਗੀਆਂ 1994 ਦੇ ਵਿੱਚ ਜਦੋਂ ਆਈ ਅਤੇ ਉਹਦੇ ਵਿੱਚ ਮੇਰਾ ਹਰਦੀਪ ਸਿੰਘ ਸੀ ਸ਼ਾਇਦ ਹਰਦੀਪ ਗਿੱਲ ਸੀ ਫਿਰ ਉਹ ਕਨਫਿਊਜ਼ ਇਹ ਹੁੰਦਾ ਸੀ ਕਈ ਜਾਂ ਲੋਕਾਂ ਨੂੰ ਵੀ ਜਿਹੜੇ ਮੇਰੇ ਵੱਡੇ ਭਾਅ ਜੀ ਆਪਣੇ ਸ਼ਹਿਰ ਪਟਿਆਲੇ ਵਾਲੇ ਹਾਂਜੀ ਹਾਂਜੀ ਉਹ ਵੀ ਹਰਦੀਪ ਗਿੱਲ ਆ ਫਿਰ ਮੈਨੂੰ ਸੁਜੈਸਟ ਵੀ ਕੀਤਾ ਜਾਂ ਮੈਂ ਸੋਚਿਆ ਫਿਰ ਆਪਣਾ ਲਾਸਟ ਨੇਮ ਮੈਂ ਮੂਹਰੇ ਰੱਖ ਲਿਆ ਗਿੱਲ ਹਰਦੀਪ ਇਸ ਤਰ੍ਹਾਂ ਸੀ ਇਸੇ ਕਰਕੇ ਸੀ ਹਾਂਜੀ ਹੁਣ ਤੱਕ ਗਾਇਕੀ 'ਚ ਆਉਂਦੇ ਆਉਂਦੇ ਤੁਹਾਨੂੰ ਵੀ ਕਦੇ ਇਹ ਲੱਗਿਆ ਕਿ ਇਹ ਮੇਰਾ ਦੌਰ ਹੈ ਜਾਂ ਇਹ ਮੇਰਾ ਦੌਰ ਹੁਣ ਨਹੀਂ ਹੈਗਾ ਕਿਉਂਕਿ ਤਕਰੀਬਨ 26-27 ਸਾਲ ਹੋ ਗਏ ਤੁਹਾਨੂੰ ਗਾਉਂਦਿਆਂ ਨੂੰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਉਹ ਜਿਹੜੇ ਪੱਕੇ ਸਰੋਤੇ ਨਾ ਮੇਰੇ ਉਹ ਲੜੀ ਜੁੜੀ ਲੰਮੀ ਵਧੀ ਗਈ ਔਰ ਮੇਰੇ ਜਿਹੜੇ ਖਾਸ ਤਰ੍ਹਾਂ ਦੇ ਗੀਤ ਕੁਛ ਸੋਸ਼ਲ ਸਮਾਜਿਕ ਗੀਤ ਵੀ ਮੈਂ ਗਾਏ ਬਹੁਤ ਜਿੱਥੇ ਮੈਂ ਬੀਟ ਸੌਂਗ ਗਾਏ ਸੈਡ ਸੌਂਗ ਗਾਏ ਇੱਕ ਮੇਰਾ ਵਰਗ ਉਹ ਕ੍ਰੀਏਟ ਹੋ ਗਿਆ ਉਹ ਮੈਥੋਂ ਜੇ ਮੈਂ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਹੁੰਦਾ ਨਾ ਉਹ ਪਾਸੇ ਨਹੀਂ ਹੋਣ ਦਿੰਦੇ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਕੋਈ ਮੈਥੋਂ ਹੁਣ ਵੀ ਉਸ ਤਰ੍ਹਾਂ ਦੇ ਉਹ ਚਾਹੁੰਦੇ ਨੇ ਮੈਂ ਕੁਛ ਨਾ ਨਵਾਂ ਕਰਦਾ ਰਹਾਂ ਪਰ ਮੈਂ ਆਪਣੇ ਸਟਾਈਲ 'ਚ ਕਰਦਾ ਜੀ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਆਪਾਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਯਾਦ ਕਰਾਂਗੇ ਜਿਨ੍ਹਾਂ ਦਾ ਤੁਹਾਡੀ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਭਾਵੇਂ ਉਹ ਅਵਤਾਰ ਸਿੰਘ ਆਲਮਗੀਰ ਹੋਣ ਜਾਂ ਮਨਿੰਦਰ ਗਿੱਲ ਹੋਣ ਜਾਂ ਮੱਖਣ ਬਰਾੜ ਜੀ ਹੋਣ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਦਾਦਾ ਜੀ ਦੀ ਗੱਲ ਕਰਦੇ ਹਾਂ ਸਰਦਾਰ ਪ੍ਰੀਤਮ ਸਿੰਘ ਗਿੱਲ ਹੋਰਾਂ ਦੀ ਕਿਉਂਕਿ ਤੁਸੀਂ ਗਾਇਕ ਬਣਨ ਤੋਂ ਪਹਿਲਾਂ ਇੱਕ ਸਰੋਤੇ ਬਣੇ ਸੀਗੇ ਤੁਹਾਡੀ ਗਾਇਕੀ ਦਾ ਸਫ਼ਰ ਉਹਨਾਂ ਦੀਆਂ ਸੰਗਤਾਂ ਤੋਂ ਸ਼ੁਰੂ ਹੁੰਦਾ ਜਦੋਂ ਦੀਦਾਰ ਆਪਣੇ ਦਿਲਸ਼ਾਦ ਅਖਤਰ ਹੋਰਾਂ ਦੇ ਫਾਦਰ ਸਾਹਿਬ ਤੁਹਾਡੇ ਘਰੇ ਆਉਂਦੇ ਸੀ ਗਾਉਣ ਵਜਾਉਣ ਉੱਥੇ ਚੱਲਦਾ ਰਹਿੰਦਾ ਸੀਗਾ ਅਤੇ ਉਹਨਾਂ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿਹੋ ਜਿਹਾ ਮਾਹੌਲ ਸੀ ਮੇਰਾ ਸਾਰਾ ਚਿੱਠਾ ਪਹਿਲੇ ਫੋਲੀ ਬੈਠੇ ਹੋ ਸੋ ਇਸ ਤਰ੍ਹਾਂ ਵੀ ਮੇਰੇ ਬਾਬਾ ਜੀ ਉਹਨਾਂ ਸ਼ੌਕ ਸੀਗਾ ਅਤੇ ਉਹ ਪੁਰਾਣੇ ਗਵਈਏ ਢਾਡੀ ਕਵੀਸ਼ਰ ਸਾਡੇ ਘਰੇ ਆਉਂਦੇ ਸੀਗੇ ਅਤੇ ਉਹ ਜਦੋਂ ਜਾਂਦੇ ਸੀ ਫਿਰ ਉਹਨਾਂ ਦਾ ਬੜਾ ਮਾਣ ਤਾਣ ਵੀ ਕਰਦੇ ਸੀ ਦੋ ਦੋ ਤਿੰਨ ਦਿਨ ਰਹਿ ਜਾਂਦੇ ਸੀਗੇ ਅਤੇ ਸਾਨੂੰ ਵੀ ਮੈਨੂੰ ਲੱਗਦਾ ਉੱਥੋਂ ਝਿਟਕ ਲੱਗੀ ਆ ਵੀ ਕੁਛ ਬਾਬਾ ਜੀ ਨੇ ਫਿਰ ਮੈਨੂੰ ਸਾਜ਼ ਲਿਆ ਕੇ ਦਿੱਤੇ ਹਾਰਮੋਨੀਅਮ ਫਿਰ ਸਾਡੇ ਜਿਹੜੇ ਕੰਮ ਕਰਦੇ ਹੁੰਦੇ ਸੀ ਪਿੰਡਾਂ 'ਚ ਤੁਸੀਂ ਆਮ ਦੇਖਦੇ ਹਾਂ ਵੀ ਕੰਮ ਕਰਦੇ ਹੁੰਦੇ ਜਿਹੜੇ ਆਪਣੇ ਵੀਰ ਹੀ ਹੁੰਦੇ ਆ ਅਸੀਂ ਉਹਨਾਂ ਢੋਲਕ ਵਾਜਾ ਤਾਂ ਉਦੋਂ ਹੁੰਦਾ ਨਹੀਂ ਸੀ ਘਰੇ ਉਹਨਾਂ ਨੇ ਘੜੇ 'ਤੇ ਰਬੜ ਜੀ ਬੰਨ ਲੈਣੀ ਅਤੇ ਅਸੀਂ ਆਪਦੀ ਸਟੇਜ ਹਰ ਰੋਜ਼ ਹੀ ਲਾਉਂਦੇ ਹੁੰਦੇ ਸੀ ਸੋ ਇਹ ਪੁਰਾਣੀਆਂ ਯਾਦਾਂ ਜੀ ਉਹਨਾਂ ਸਮਿਆਂ ਦੇ ਵਿੱਚ ਗਾਇਕੀ ਨੂੰ ਬਾਹਲਾ ਵਧੀਆ ਤਾਂ ਨਹੀਂ ਸੀ ਮੰਨਿਆ ਜਾਂਦਾ ਕਿਉਂਕਿ ਨਾ ਗਾਉਣਾ ਨਾ ਹੀ ਸੁਣਨਾ ਫਿਰ ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ਾਂ ਕਿਵੇਂ ਚੱਲਦੀਆਂ ਰਹੀਆਂ ਅਸੀਂ ਖੁਦ ਉਹਨਾਂ ਸਾਈਕਲਾਂ 'ਤੇ ਦੂਰ ਦੂਰ ਜਾ ਕੇ ਪੁਰਾਣੇ ਜਿਹੜੇ ਸਾਡੇ ਲੋਕ ਗਾਇਕ ਕੁਲਦੀਪ ਮਾਨਕ ਸਾਹਿਬ ਮੁਹੰਮਦ ਸਦੀਕ ਸਾਹਿਬ ਇਹਨਾਂ ਦੇ ਖਾੜੇ ਦੇਖਣ ਜਾਂਦੇ ਸੀ ਸਕੂਲੋਂ ਭੱਜ ਭੁੱਜ ਜਾਂਦੇ ਸੀਗੇ ਅਤੇ ਬਸ ਉੱਥੋਂ ਝਿਟਕ ਲੱਗਦੀ ਗਈ ਪਰ ਸਾਡੇ ਘਰ 'ਚ ਕੋਈ ਪਹਿਲਾਂ ਕੋਈ ਇਸ ਤਰ੍ਹਾਂ ਦੀ ਇਸ ਫੀਲਡ ਦੇ ਵਿੱਚ ਹੈ ਨਹੀਂ ਸੀਗਾ ਅਤੇ ਜਾਂ ਜਿਸ ਤਰ੍ਹਾਂ ਜਿਮੀਦਾਰ ਪਰਿਵਾਰ ਆ ਅਤੇ ਮੈਂ ਮੈਡੀਕਲ ਰੱਖੀ ਸੀ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਕਰਦੇ ਮੇਰੇ ਚਾਚਾ ਜੀ ਹੁਣੀ ਅਤੇ ਪਰ ਕੁਦਰਤ ਨੇ ਜਿੱਧਰ ਫਿਰ ਲੈ ਜਾਣਾ ਤਾਂ ਮੇਰਾ ਲੈ ਫਿਰ ਇੱਧਰ ਹੀ ਲੱਗੀ ਰਹਿੰਦੀ ਸੀ ਫਿਰ ਚਲੋ ਹਾਰਮੋਨੀਅਮ ਮੇਰੇ ਉਸਤਾਦ ਮਨਸ਼ੀਖਾ ਜੀ ਕੋਕਰੀ ਕਲਾਂ ਤੋਂ ਉਹਨਾਂ ਕੋਲ ਸਿੱਖਣ ਦਾ ਰਿਹਾ ਮੈਂ ਜਾਂਦਾ ਰਿਹਾ ਪਿੰਡ ਫਿਰ ਮੋਗੇ ਵੀ ਸਿੱਖਿਆ ਰਕੇਸ਼ ਕਾਲ ਵਾਲਾ ਜੀ ਕੋਲੋਂ ਅਤੇ ਫਿਰ ਸਟੇਜਾਂ 'ਤੇ ਹੌਲੀ ਹੌਲੀ ਫਿਰ ਮਤਲਬ ਇੱਥੇ ਕਾਲਜਾਂ ਦੇ ਵਿੱਚ 92 'ਚ ਮੈਂ ਕੈਨੇਡਾ ਚਲਿਆ ਗਿਆ ਅਤੇ ਉੱਥੇ ਫਿਰ ਉੱਥੇ ਸਟੇਜਾਂ ਵੱਡੀਆਂ ਤਾਂ ਪਹਿਲਾਂ ਨਹੀਂ ਮਿਲਦੀਆਂ ਸੀਗੀਆਂ ਗੁਰੂ ਘਰਾਂ 'ਚ ਮੈਂ ਗਾਇਆ ਧਾਰਮਿਕ ਗੀਤ ਜਾਂ ਹੋਰ ਜਿਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਸੀਗੇ ਫਿਰ ਹੌਲੀ 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 ਕਰਦੇ ਕਰਦੇ ਇੱਕ ਵਾਰੀ ਫਿਰ ਮੁਲਾਕਾਤ ਹੋ ਗਈ ਸਰਦਾਰ ਪਹਿਲਾਂ ਅਵਤਾਰ ਸਿੰਘ ਆਲਮਗੀਰ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਸ਼ੁਰੂਆਤੀ ਦੌਰ 'ਚ ਫਿਰ ਇੱਕ ਜਗ੍ਹਾ 'ਤੇ ਸਰੀ 'ਚ ਕੋਈ ਸ਼ੋਅ ਸੀ ਉੱਥੇ ਮਨਿੰਦਰ ਗਿੱਲ ਸਾਹਿਬ ਨਾਲ ਮਿਲ ਹੋਇਆ ਬਸ ਉਹਨਾਂ ਨੇ ਫਿਰ ਮੈਨੂੰ ਉੱਥੋਂ ਸ਼ੁਰੂਆਤ ਤੇਜ਼ ਹੋ ਗਿਆ ਕੰਮ ਮੇਰੀ ਸੀ ਡੀ ਤਾਂ ਵੈਸੇ ਦੋ ਪਹਿਲਾਂ ਆ ਚੁੱਕੀਆਂ ਸੀਗੀਆਂ ਅਤੇ ਫਿਰ ਉਹਨਾਂ ਨੇ ਵਿਸਾਖੀ ਮੇਲਿਆਂ 'ਤੇ ਮੈਨੂੰ ਬੜਾ ਮੌਕਾ ਦਿੱਤਾ
ਤੇ ਹਰ ਸ਼ਹਿਰ 'ਚ ਕੈਨੇਡਾ ਅਮਰੀਕਾ ਜਿੱਥੇ ਮੇਲੇ ਲੱਗੇ ਪਹਿਲਾਂ ਇੱਕ ਦੋ ਗੀਤ ਮਿਲਦੇ ਸੀ ਫਿਰ ਹੌਲੀ ਹੌਲੀ ਪੰਜ ਚਾਰ ਚਾਰ ਮਿਲਣ ਲੱਗ ਗਏ ਬਿਲਕੁਲ ਕੁਲਦੀਪ ਮਾਣਿਕ ਸਾਹਿਬ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਹੀ ਪ੍ਰੋਗਰਾਮਾਂ ਦੀ ਇੱਕ ਸਟੇਜ ਸੀਗੀ ਜਿੱਥੇ ਤੁਹਾਨੂੰ ਹਜ਼ਾਰਾਂ ਲੋਕਾਂ ਸਾਹਮਣੇ ਗਾਉਣ ਦਾ ਮੌਕਾ ਮਿਲਿਆ ਉਹ ਕੋਈ ਵਾਕਿਆ ਸਾਡੇ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ ਹਾਂਜੀ ਉਹ ਸਰੀ 'ਚ ਗਦਰੀ ਬਾਬਾ ਦਾ ਮੇਲਾ ਲੱਗਦਾ ਸਾਹਿਬ ਸਿੰਘ ਥੰਦ ਹੋਣੀ ਹਰ ਸਾਲ ਹੀ ਉਹ ਕਰਾਉਂਦੇ ਆ ਅਤੇ ਉੱਥੇ ਪਾਕਿਸਤਾਨ ਤੋਂ ਉਸਤਾਦ ਸ਼ੌਕਤ ਅਲੀ ਖਾਨ ਸਾਹਿਬ ਬਹੁਤ ਵੱਡੇ ਕਲਾਕਾਰ ਨੇ ਇੱਧਰੋਂ ਮਾਣਕ ਸਾਹਿਬ ਸਾਡੇ ਪੰਜਾਬ ਤੋਂ ਅਯੋਧਿਆ ਤੋਂ ਅਤੇ ਅਸੀਂ ਵੀ ਨਿਰਮਲ ਸਿੱਧੂ ਸਾਹਿਬ ਹੋਰ ਕਾਫੀ ਕਲਾਕਾਰ ਗੁਰਸੇਵਕ ਮਾਨ ਜੀ ਮੈਨੂੰ ਹੁਣ ਕੁਛ ਯਾਦ ਨਹੀਂ ਕਾਫੀ ਵੱਡਾ ਮੇਲਾ ਸੀ ਉੱਥੇ ਕਲਾਕਾਰ ਕਾਫੀ ਸੀਗੇ ਅਤੇ ਆ ਰੂਟੀਨ 'ਚ ਆਪਣੇ ਹਰੇਕ ਦੀ ਵਾਰੀ ਸੀ ਮੈਂ ਵੀ ਗਾ ਰਿਹਾ ਸੀਗਾ ਮੈਂ ਚਾਰ ਪੰਜ ਗੀਤ ਮੈਂ ਗਾਉਣੇ ਸੀਗੇ ਅਤੇ ਇੱਕ ਗਾਣਾ ਸੀਗਾ ਮੱਖਣ ਜੋਗੇ ਦਾ ਦੀਵਾ ਬਣੋ ਲਾਹੌਰ ਅਤੇ ਚਾਨਣ ਦਿੱਲੀ ਹੋਵੇਗਾ ਉਹ ਮੈਂ ਗਾਣਾ ਗਾ ਰਿਹਾ ਸੀ ਅਤੇ ਉਹ ਮਾਨਕ ਸਾਹਿਬ ਅਤੇ ਸ਼ੌਕਤ ਅਲੀ ਸਾਹਿਬ ਉਹ ਪਿੱਛੋਂ ਸਟੇਜ ਤੋਂ ਪੌੜੀਆਂ ਚੜ੍ਹ ਕੇ ਆ ਗਏ ਕਹਿੰਦੇ ਪੁੱਤਰਾ ਦੁਆਰੇ ਅੰਤਰ ਹੈਗਾ ਇੱਕ ਮੁਲਕ ਜੇ ਦੂਜੇ ਮੁਲਕ ਦੇ ਹੰਝੂ ਤੋਂ ਹੋਵੇਗਾ ਦੀਵਾ ਬਣੂ ਲਾਹੌਰ ਅਤੇ ਚਾਨਣ ਦਿੱਲੀ ਹੋਵੇਗਾ ਵਾਗੇ ਬਾਰਡਰ ਦੀ ਥਾਂ ਸਾਂਝੀ ਸੱਥ ਬਣਾ ਦੇਣੀ ਪੰਜ ਦਰਿਆਵਾਂ ਨੇ ਮੁੜ ਕੇ ਫਿਰ ਪੱਗ ਵਟਾ ਲੈਣੀ ਵਾਰਸ ਸ਼ਾਹ ਵੀ ਕਬਰਾਂ ਵਿੱਚੋਂ ਗੀਤ ਪਰੋਵੇਗਾ ਫਿਰ ਉਸ 'ਤੇ ਉਹਨੇ ਆਪਦੀਆਂ ਪੱਗਾਂ ਇੱਕ ਦੂਜੇ ਨਾਲ ਵਟਾਈਆਂ ਸੀ ਉਹ ਬੜਾ ਇੱਕ ਅਭੁੱਲ ਯਾਦ ਆ ਮੇਰੇ ਵਾਸਤੇ ਬਿਲਕੁਲ ਇਹ ਮਾਣ ਕਿਸੇ ਫਨਕਾਰ ਦੇ ਹਿੱਸੇ ਹੁੰਦਾ ਹੈ ਜਦੋਂ ਤੁਹਾਡੀ ਗਾਇਕੀ ਕਰਕੇ ਕੋਈ ਇੰਨਾ ਵੱਡਾ ਇੰਸੀਡੈਂਟ ਹੋ ਜਾਂਦਾ ਹੈ ਜਦੋਂ ਜਿਹੜੇ ਲੋਕ ਸੀਗੇ ਮੇਲੇ ਦੇ ਵਿੱਚ ਮਤਲਬ ਖੜ ਕੇ ਤਾੜੀਆਂ ਮਾਰ ਰਹੇ ਸੀ ਜਦੋਂ ਐਂ ਲੱਗਦਾ ਸੀ ਹਿੰਦੁਸਤਾਨ ਅਤੇ ਪਾਕਿਸਤਾਨ ਮਿਲ ਗਏ ਕਿਉਂਕਿ ਅਸੀਂ ਸਾਡੀ ਜਿਹੜੀ ਅਸੀਂ ਦੁਆਤ ਆ ਉਦੋਂ ਪਹਿਲਾਂ ਕੀਤੀ ਸੀ 1998 'ਚ ਬਰਾੜ ਸਾਹਿਬ ਦਾ ਮੱਖਣ ਬਰਾੜ ਜੀ ਦਾ ਮੈਂ ਗੀਤ ਗਾਇਆ ਸੀਗਾ ਕਰੀ ਕਿਤੇ ਮੇਰ ਰੱਬਾ ਦਿੱਲੀ ਅਤੇ ਲਾਹੌਰ ਦਾ ਉਹ ਜਦੋਂ ਬੱਸ ਗਈ ਸੀ ਦੂਜੇ ਪਾਸੇ ਉਹਦੇ ਵਿੱਚ ਵੀ ਲੱਗਾ ਸੀ ਉਹ ਅਤੇ ਪਰ ਉਹ ਅਰਦਾਸ ਮੈਂ ਹੁਣ ਵੀ ਅਸੀਂ ਧੰਨ ਭਾਗ ਆਪਦੇ ਪ੍ਰਭਾਗੇ ਸਾਹਿਬ ਦੇ ਸਾਨੂੰ ਉਹ ਮਾਣ ਮਿਲਿਆ ਅਸੀਂ ਉਹ ਗੱਲ ਸ਼ੁਰੂ ਕੀਤੀ ਅਤੇ ਅੱਜ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਬਿਲਕੁਲ ਹੁਣ ਤਾਂ ਜਿਹੜੇ ਗੁਰੂ ਮੁਰਸ਼ਿਦ ਵਾਲੀਆਂ ਚੀਜ਼ਾਂ ਰਹੀਆਂ ਨਹੀਂ ਹੈਗੀਆਂ ਪਰ ਜਦੋਂ ਤੁਸੀਂ ਮੁਨਸ਼ੀ ਖਾਨ ਉਹਨਾਂ ਕੋਲ ਗਏ ਉਹਨਾਂ ਨੇ ਤੁਹਾਨੂੰ ਗਾਉਣਾ ਵੀ ਸਿਖਾਇਆ ਅਤੇ ਜਦੋਂ ਤੁਸੀਂ ਬਾਹਰ ਕੈਨੇਡਾ ਜਾਣਾ ਸੀ ਉਦੋਂ ਉਹਨਾਂ ਨੇ ਤੁਹਾਨੂੰ ਇਹ ਵੀ ਸੁਝਾਅ ਦਿੱਤਾ ਵੀ ਕੋਈ ਜਿਹੜਾ ਹੱਥੀ ਹੁਨਰ ਵਾਲੀਆਂ ਕੰਮ ਆ ਜਿਹੜਾ ਕੋਈ ਉਹ ਵੀ ਤੁਸੀਂ ਜ਼ਰੂਰ ਸਿੱਖ ਕੇ ਜਾਓ ਕਿਉਂਕਿ ਉਹ ਔਖੇ ਟਾਈਮ ਤੁਹਾਡੇ ਕੰਮ ਆਊਗਾ ਹੈ ਨਾ ਪਰ ਮੈਂ ਚਾਹੂੰਗੀ ਕਿ ਉਹਨਾਂ ਤੋਂ ਸਿੱਖਦਿਆਂ ਹੋਇਆ ਕੀ ਤੁਸੀਂ ਸਿੱਖਿਆ ਗਾਇਕੀ ਤੋਂ ਇਲਾਵਾ ਉਦੋਂ ਗੁਰੂ ਮੁਰਸ਼ਿਦ ਦਾ ਰਿਸ਼ਤਾ ਜਿਹੜਾ ਕੀ ਹੁੰਦਾ ਸੀਗਾ ਕਿ ਕਹਿੰਦੇ ਹੁੰਦੇ ਨੇ ਦੁੱਧਾਂ ਬਾਝਣਾ ਰਿੱਝ ਦੀ ਖੀਰ ਸਾਈਂ ਬਿਨਾਂ ਮੁਰਸ਼ਿਦਾਂ ਰਾਹ ਨਾਲ ਹੱਥ ਆਉਂਦੇ ਹੈ ਨਾ ਬਿਲਕੁਲ ਬਿਲਕੁਲ ਸੋ ਉਹਨਾਂ ਤੋਂ ਤੁਸੀਂ ਕੀ ਸਿੱਖਦੇ ਰਹੇ ਉਦੋਂ ਦੇ ਜਿਹੜੇ ਸੰਬੰਧ ਹੁੰਦੇ ਸੀਗੇ ਕੀ ਹੁੰਦੇ ਸੀ ਉਸਤਾਦ ਮੁਨਸ਼ੀ ਖਾਨ ਜੀ ਰੇਡੀਓ ਆਰਟਿਸਟ ਸੀਗੇ ਉਹ ਰੇਡੀਓ 'ਤੇ ਬਹੁਤ ਕਾਫੀ ਜਾਂਦੇ ਸੀ ਮਹੀਨੇ 'ਚ ਇੱਕ ਦੀ ਵਾਰ ਜਾਂਦੇ ਸੀਗੇ ਅਤੇ ਉਦੋਂ ਟੀਵੀ ਵੀ ਅਜੇ ਘੱਟ ਮਤਲਬ ਉਹਨਾਂ ਦਿਨਾਂ 'ਚ ਰੇਡੀਓ ਦਾ ਕਾਫੀ ਸੀ ਸੁਣਦੇ ਸੀ ਲੋਕ ਅਤੇ ਉਹਨਾਂ ਦੇ ਮੈਂ ਰੇਡੀਓ 'ਤੇ ਗਾਣੇ ਸੁਣਦਾ ਹੁੰਦਾ ਸੀਗਾ ਅਤੇ ਫਿਰ ਮੈਂ ਉਹਨਾਂ ਦੇ ਘਰ ਜਾਂਦਾ ਰਿਹਾ ਉੱਥੇ ਸਿੱਖਦਾ ਰਿਹਾ ਹੋਰ ਵੀ ਕਾਫੀ ਸਾਡੇ ਪਿੰਡ ਤੋਂ ਮੁੰਡੇ ਸੀਗੇ ਅਤੇ ਉਹ ਸਾਨੂੰ ਸਿਖਾਉਂਦੇ ਸੀ ਫਿਰ ਜਦੋਂ ਪਹਿਲਾਂ ਸੰਗ ਵੀ ਲੱਗਦੀ ਹੁੰਦੀ ਹੈ ਮੈਂ ਕਹਿੰਦਾ ਉਸਤਾਦ ਜੀ ਵੀ ਸੰਗ ਲਾਉਣ ਦਾ ਕੀ ਤਰੀਕਾ ਅਤੇ ਉਹ ਕਹਿੰਦੇ ਵੀ ਬੇਟਾ ਇਸ ਤਰ੍ਹਾਂ ਗੱਲ ਹੈ ਵੀ ਤੂੰ ਉਹ ਗਮਲੇ ਪਾ ਉਹਨਾਂ ਦੇ ਗਮਲੇ ਪਏ ਸੀ ਘਰੇ ਕਹਿੰਦੇ ਇਹ ਸਮਝ ਲੈ ਤੇਰੇ ਸਰੋਤੇ ਆ ਇਹਨਾਂ ਨੂੰ ਗਾਣਾ ਸੁਣਾਉਣਾ ਜਦੋਂ ਮਾਈਕ ਤੇਰੇ ਹੱਥ 'ਚ ਆ ਪੂਰਾ ਕੌਨਫੀਡੈਂਸ 'ਚ ਕੰਮ ਕਰਨਾ ਹੈ ਸੋ ਉਹਨਾਂ ਨੇ ਬੜੀਆਂ ਗੱਲਾਂ ਸੀ ਸਟੇਜ 'ਤੇ ਖੜ੍ਹਨਾ ਬੈਠਣਾ ਕੀ ਲਹਿਜ਼ਾ ਅਤੇ ਕਹਿੰਦੇ ਜਦੋਂ ਗਾਉਣਾ ਨਾ ਸਟੇਜ ਦਾ ਉਹਨੇ ਬੜੇ ਉਹਨਾਂ ਦੀਆਂ ਗੱਲਾਂ ਹੁਣ ਕੰਮ ਆਉਂਦੀਆਂ ਬਈ ਅੱਖ 'ਚ ਅੱਖ ਪਾ ਕੇ ਗਾਉਣਾ ਲੋਕਾਂ ਨਾਲ ਇਹ ਨਹੀਂ ਵੀ ਇੱਧਰ ਪਿੱਛੇ ਲੜੀ ਜਾਣਾ ਸਾਜੀਆਂ ਨਾਲ ਤੋ ਕਿਉਂਕਿ ਜੇ ਤੈਨੂੰ ਉੱਥੋਂ ਉਹਨਾਂ ਦਾ ਮੂਡ ਦਾ ਪਤਾ ਲੱਗੂ ਕੀ ਸੁਣਨਾ ਚਾਹੁੰਦੇ ਬਿਲਕੁਲ ਇਸ ਤਰ੍ਹਾਂ ਇੱਕ ਰਾਬਤਾ ਕਾਇਮ ਹੋ ਜਾਂਦਾ ਦਰਸ਼ਕ ਦਾ ਤੇ ਹੋਰ ਸਾਈਡ ਸੁਣਨਾ ਚਾਹੁੰਦੇ ਜਾਂ ਤੁਹਾਨੂੰ ਕੀ ਅਗਲੀ ਗੱਲ ਸੁਣਨਾ ਚਾਹੁੰਦੇ ਪਤਾ ਲੱਗ ਜਾਂਦਾ ਇਹ ਉਹਨਾਂ ਦੀ ਸਿੱਖਿਆ ਦਾ ਨਤੀਜਾ ਕਿਉਂਕਿ ਜੇ ਅੱਜ ਵੀ ਤੁਹਾਨੂੰ ਤੁਹਾਡੀ ਇੱਛਾ ਹੁੰਦੀ ਹੈ ਕਿ ਅਗਰ ਮੇਰਾ ਕੋਈ ਪ੍ਰੋਗਰਾਮ ਆ ਉਹ ਇਨਡੋਰ ਦੀ ਬਜਾਏ ਆਊਟਡੋਰ ਕਿਸੇ ਖੁੱਲ੍ਹੇ ਪਿੰਡ ਦੇ ਵਿੱਚ ਹੋਵੇ ਬਿਲਕੁਲ ਮੈਂ ਕੋਸ਼ਿਸ਼ ਕਰਦਾ ਹੁਣ ਵੀ ਇੱਥੇ ਜਦੋਂ ਪੰਜਾਬ 'ਚ ਪ੍ਰੋਗਰਾਮ ਕਰਦੇ ਹਾਂ ਮੈਂ ਪਹਿਲਾਂ ਮੇਰੀ ਆਪਣੀ ਖਾਣਾ ਕਰਨ ਤੋਂ ਪਹਿਲਾਂ ਸ਼ਰਤ ਹੀ ਹੁੰਦੀ ਵੀ ਬਾਹਰ ਖਾਣਾ ਲਵਾਇਓ ਕਿਉਂਕਿ ਉੱਥੇ ਨਜ਼ਾਰਾ ਆਉਂਦਾ ਅੰਦਰ ਤਾਂ ਕੁਦਰਤੀ ਕੋਈ ਸਾਊਂਡ ਜ਼ਿਆਦਾ ਵੀ ਖੜਕਦੀ ਹੈ ਪਰ ਉੱਥੇ ਆਪਾਂ ਖੁੱਲ੍ਹ ਕੇ ਆਪਣੇ ਲਫ਼ਜ਼ ਜਿਹੜੇ ਲੋਕਾਂ ਨੂੰ ਸਮਝਾ ਜਾਂ ਗੱਲ ਕੋਈ ਕਰ ਸਕਦੇ ਵਧੀਆ ਔਰ ਕਲੀਅਰ ਸਾਫ਼ ਸੁਣਦੀ ਹੈ ਬਿਲਕੁਲ ਜਿਹੜੇ ਗੀਤ ਹੈ ਕਰੀਂ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ ਬਹੁਤ ਵਰਗ ਇੱਦਾਂ ਮਤਲਬ ਬਹੁਤ ਵੱਡਾ ਵਰਗ ਸੀਗਾ ਉਹ ਜਿਹਨੇ ਇਸ ਗੱਲ ਦੀ ਹਮਾਇਤ ਕੀਤੀ ਸੀ ਇਸ ਗੀਤ ਦੀ ਹਮਾਇਤ ਕੀਤੀ ਸੀਗੀ ਜਦੋਂ ਵਾਹਗਾ ਬੱਸ ਚੱਲੀ ਤਾਂ ਉਹਦੇ ਵਿੱਚ ਵੀ ਇਹ ਗੀਤ ਵੱਜਿਆ ਬਾਹਰ ਪੰਜਾਬ ਤੋਂ ਬਾਹਰ ਦੀ ਜੇ ਆਪਾਂ ਗੱਲ ਕਰੀਏ ਇਸ ਗੀਤ ਨੂੰ ਪ੍ਰਸ਼ੰਸਾ ਮਿਲੀ ਪਰ ਕੁਛ ਲੋਕਾਂ ਨੇ ਇਸ ਗੀਤ ਦਾ ਕ੍ਰਿਟੀਸਿਜ਼ਮ ਵੀ ਕੀਤਾ ਸੀਗਾ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜਿਹੜਾ ਪਾਕਿਸਤਾਨ ਉਹਨੂੰ ਪੰਜਾਬ 'ਚ ਹੀ ਰਲਾ ਦਿੱਤਾ ਜਾਵੇ ਮੈਨੂੰ ਪਤਾ ਲੱਗਿਆ ਸੀ ਮੈਨੂੰ ਸਿੱਧਾ ਤਾਂ ਨਹੀਂ ਪਤਾ ਲੱਗਿਆ ਤਾਂ ਬਰਾੜ ਸਾਹਿਬ ਨੇ ਮੈਨੂੰ ਦੱਸਿਆ ਮੱਖਣ ਬਰਾੜ ਜੀ ਜਿਹਨਾਂ ਨੇ ਗੀਤ ਲਿਖਿਆ ਉਹ ਕਹਿੰਦੇ ਵੀ ਇੱਕ ਦੋ ਹੋਰ ਆਰਟਿਸਟਾਂ ਕੋਲ ਵੀ ਇਹ ਗੀਤ ਸੀਗਾ ਕਿਉਂਕਿ ਅੱਡੋ ਅੱਡ ਹਰੇਕ ਦਾ ਆਪਦਾ ਆਪਦਾ ਥੋਟ ਹੁੰਦਾ ਸੋਚਣ ਦਾ ਢੰਗ ਹੁੰਦਾ ਅਤੇ ਸ਼ਾਇਦ ਕਿਸੇ ਨੂੰ ਉਹਨਾਂ ਨੇ ਇਹ ਕਿਹਾ ਹੋਵੇ ਵੀ ਇਹ ਜਿਹੜੀ ਰਾਈਟਰ ਦੀ ਸੋਚ ਆ ਵੀ ਉਹ ਚਾਹੁੰਦੇ ਪਾਕਿਸਤਾਨ ਖਤਮ ਹੀ ਹੋ ਜੇ ਵੀ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆ ਦਾ ਸੋ ਇਸ ਤਰ੍ਹਾਂ ਦੀ ਅੱਡੋ ਅੱਡੀ ਚਲੋ ਸੋਚਣੀ ਹੈ ਪਰ ਅਸੀਂ ਉਹ ਗੀਤ ਰਿਕਾਰਡ ਕੀਤਾ ਅਤੇ ਲੋਕਾਂ ਨੇ ਬੜਾ ਉਹਨੂੰ ਲੋਕ ਗੀਤ ਵਰਗਾ ਪਿਆਰ ਦਿੱਤਾ ਹਾਂ ਬਿਲਕੁਲ
ਜਿੱਦਾਂ ਤੁਸੀਂ ਕਨੇਡਾ ਗਏ ਉੱਥੇ ਅਲੱਗ ਅਲੱਗ ਕੰਮ ਤਾਂ ਤੁਸੀਂ ਕੀਤਾ, ਫਾਰਮਾਂ 'ਚ ਵੀ ਕੰਮ ਕੀਤਾ ਆ, ਫਿਰ ਉਸ ਤੋਂ ਬਾਅਦ ਸਟੇਜ ਚਾਹੀਦੀ ਸੀ ਭਾਵੇਂ ਉਹ ਗੁਰੂ ਘਰ ਦੀ ਸੀਗੀ ਜਾਂ ਫਿਰ ਕਿਤੇ ਤੁਹਾਨੂੰ ਉਹ ਸਟੇਜ ਮਿਲੀ। ਇੱਕ ਮੌਕਾ ਇੱਦਾਂ ਦਾ ਵੀ ਆਇਆ ਸੀ ਜਦੋਂ ਤੁਹਾਨੂੰ ਸੁਰਿੰਦਰ ਕੌਰ ਜੀ ਦੇ ਲਈ ਹਾਰਮੋਨੀਅਮ ਪਲੇ ਕਰਨ ਦਾ ਮੌਕਾ ਵੀ ਮਿਲਿਆ ਸੀ। ਤੁਸੀਂ ਤਾਂ ਸਾਰੀਆਂ ਗੱਲਾਂ ਜਾਣਦੇ ਮੇਰੀਆਂ ਹੈ। ਹਾਂ ਬਿਲਕੁਲ, ਉਦੋਂ ਐਂ ਹੁੰਦਾ ਸੀ ਵੀ ਮੌਕਾ ਸਾਨੂੰ ਵੀ ਚਾਹੀਦਾ ਸੀ, ਕਿਉਂਕਿ ਇੱਕ ਪੰਜਾਬ ਦੀ ਕਹਾਵਤ ਆ ਵੀ ਲੰਡੇ ਨੂੰ ਮੀੜਾ ਵਾਲ ਪਾ ਕੇ ਟੱਕਰ ਜਾਂਦਾ ਨਾ, ਅਸੀਂ ਭਾਲਦੇ ਫਿਰਦੇ ਵੀ ਸਾਡੇ ਵਰਗਾ ਬੰਦਾ ਸਾਨੂੰ ਮਿਲੇ। ਅਤੇ ਉਹ ਸੁਰਿੰਦਰ ਕੌਰ ਜੀ ਉਦੋਂ, ਉਹ ਤਾਂ ਬਹੁਤ ਮਹਾਨ ਲੋਕ ਨੇ, ਉਦੋਂ ਮਜੀਸ਼ੀਅਨਾਂ ਦੀ ਉੱਥੇ ਘਾਟ ਹੁੰਦੀ ਸੀ ਕਿਉਂਕਿ ਕਈ ਵਾਰ ਨਹੀਂ ਜਾਂਦੇ ਸੀ ਨਾਲ, ਅਤੇ ਉਹ ਕਹਿੰਦੇ ਯਾਰ ਵੀ ਮੁੰਡਾ ਕਿਤੋਂ ਲੱਭੋ ਜਿਹੜਾ ਸਾਡੇ ਨਾਲ ਹਾਰਮੋਨੀਅਮ ਸੁਰ ਪਲੇ ਕਰ ਸਕੇ, ਭਲਾ ਜ਼ਿਆਦਾ ਨਾ ਵਜਾਉਂਦਾ। ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਲੋੜ ਆ, ਅਤੇ ਮੈਨੂੰ ਉਹਨਾਂ ਕਿਹਾ ਵੀ ਨਾ ਸੁਰਿੰਦਰ ਕੌਰ ਜੀ ਨਾ ਵਜਾਉਣਾ। ਮੈਂ ਕਿਹਾ ਜੀ ਮੈਂ ਤਾਂ ਦੇਖੋ ਬਹੁਤ ਛੋਟਾ ਬੰਦਾ, ਅਤੇ ਇਹ ਤਾਂ ਬਹੁਤ ਵੱਡੇ ਕਲਾਕਾਰ, ਮੈਂ ਪੂਰਾ ਉੱਪਰ ਨਹੀਂ, ਚਲੋ ਜਿੰਨਾ ਕੁ ਮੈਂ ਗਵਾ ਸਕਿਆ ਤਾਂ ਆਪਦੇ ਜਾ ਕੇ ਗਵਾਇਆ ਸੁਰ ਰੱਖ ਕੇ ਜਾਂ ਥੋੜ੍ਹਾ ਬਹੁਤਾ ਪੀਸ, ਅਤੇ ਉਹਨਾਂ ਨੇ ਬੜਾ ਬੜਾ ਪਿਆਰ ਦਿੱਤਾ। ਉਹਦਾ ਉਸੇ ਇੰਟਰਵਿਊ ਦੇ ਦਰਮਿਆਨ ਹੀ ਉਹ ਸੁਸ਼ਮਾ ਜੀ ਦਾ ਸ਼ੋਅ ਹੁੰਦਾ ਸੀਗਾ, ਉਹਦੇ ਵਿੱਚ ਹੀ ਫਿਰ ਮੈਂ ਜਦੋਂ ਬ੍ਰੇਕ ਜਿਹੀ ਮੈਂ ਘਰ ਦਾ ਗਾਣਾ ਗਾਤਾ ਸੀਗਾ, ਬਸ ਉੱਥੋਂ ਲੋਕਾਂ ਨੇ ਬੜਾ ਉਹਨੂੰ ਵੀ ਪਿਆਰ ਦਿੱਤਾ ਜੀ। ਉਹ ਕਹਿੰਦੇ ਤੁਹਾਡੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ ਨਾ, ਜਾਂ ਫਿਰ ਉਹਨਾਂ ਨੂੰ ਸੁਰਿੰਦਰ ਕੌਰ ਬਾਅਦ 'ਚ ਮੈਂ ਕੀਤਾ ਸੀ ਰਿਕਾਰਡ, ਉੱਡੀ ਉੱਡੀ ਕਾਲੇ ਕੰਮ ਮੈਂ ਆਪ ਕੀਤਾ ਸੀ ਫਿਰ। ਅੱਛਾ ਜੀ, ਜਦੋਂ ਤੁਸੀਂ ਬਾਹਰ ਚਲੇ ਗਏ, ਬਾਹਰ ਫਾਈਨੈਂਸ਼ਲੀ ਸੋਰਸਿਸ ਵੀ ਤੁਹਾਡੇ ਕੋਲ ਹੋ ਜਾਂਦੇ ਨੇ, ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਬਾਹਰੋਂ ਗਾਇਕ ਆਉਂਦੇ ਨੇ ਉਹ ਪੰਜਾਬ ਦੇ ਗਾਇਕਾਂ ਲਈ ਇੱਕ ਵੱਡੀ ਦਿੱਕਤ ਖੜੀ ਕਰ ਦਿੰਦੇ ਨੇ, ਕਿਉਂਕਿ ਉਹਨਾਂ ਕੋਲ ਇਨਵੈਸਟਮੈਂਟ ਹੁੰਦੀ, ਆ ਕੇ ਇੱਥੇ ਵੱਡੀਆਂ ਵੀਡੀਓਜ਼ ਬਣਾਉਂਦੇ ਨੇ, ਵੱਡਾ ਮਿਊਜ਼ਿਕ ਖੜਾ ਕਰ ਦਿੰਦੇ ਨੇ, ਅਤੇ ਜਿਹੜਾ ਪੰਜਾਬ ਦਾ ਇੱਧਰਲਾ ਗਾਇਕ ਹੁੰਦਾ ਉਹਨੂੰ ਬਿਪਤਾ ਪੈ ਜਾਂਦੀ ਹੈ ਕਿ ਹੁਣ ਇਹਦੇ ਨਾਲੋਂ ਵੱਡਾ ਮੈਂ ਕਿੱਦਾਂ ਕਰਾਂ, ਹੈ ਨਾ ਤੁਹਾਡੀ, ਕਿਉਂਕਿ ਤੁਸੀਂ ਵੀ ਕਨੇਡਾ ਤੋਂ ਇੱਧਰ ਆ ਕੇ ਐਲਬਮ ਕੀਤੀ ਸੀ, 92 'ਚ ਚਲੇ ਗਏ, 94 'ਚ ਤੁਹਾਡੀ ਪਹਿਲੀ ਐਲਬਮ ਆਈ ਸੀਗੀ, ਤੁਹਾਡੇ ਦਿਲ 'ਚ ਵੀ ਸੀਗਾ ਕਿ ਮੈਂ ਕਨੇਡਾ ਤੋਂ ਆਇਆ, ਮੈਂ ਕੁਛ ਖਾਸ ਲੈ ਕੇ ਆਵਾਂ ਸੰਗੀਤ ਦੇ ਵਿੱਚ, ਤੁਸੀਂ ਕੀ ਸੋਚਿਆ ਸੀਗਾ ਉਸ ਟਾਈਮ ਵੀ ਮੇਰੀ ਇਹ ਪਹਿਲੀ ਐਲਬਮ ਆ, ਮੈਂ ਇਹਦੇ 'ਚ ਕਿੱਦਾਂ ਦਾ ਟੇਸਟ ਦੇਵਾਂ ਜਾਂ ਫਿਰ ਕਿੱਦਾਂ ਦੀਆਂ ਚੀਜ਼ਾਂ ਪਾਵਾਂ, ਜਾਂ ਇੱਕ ਐਕਸਪੀਰੀਅੰਸ ਤੁਸੀਂ ਬਾਹਰਲਾ ਵੀ ਲੈ ਆਏ ਸੀਗੇ ਕਿ ਹੁਣ ਲੋਕ ਜਾਂ ਬਾਹਰਲੇ ਲੋਕ ਇੱਦਾਂ ਦਾ ਸੁਣਨਾ ਪਸੰਦ ਕਰਦੇ ਨੇ? ਪਹਿਲੀ ਜਿਹੜੀ ਕੈਸਟ ਮੈਂ ਕੀਤੀ ਸੰਗੀਤਕਾਰ ਸਟੂਡੀਓ ਦਿੱਲੀ 'ਚ, ਉਹ 'ਚ ਜੈਦੇਵ ਕੁਮਾਰ ਜੀ ਬਬਲੂ ਜੀ ਦਾ ਮਿਊਜ਼ਿਕ ਸੀਗਾ, ਪਰ ਜਿਹੜੀ ਉਹਦੇ ਵਿੱਚ ਮੈਟਰ ਸਾਨੂੰ, ਕਿਉਂਕਿ ਪਹਿਲੀ ਟੇਪ ਸੀ ਮੈਨੂੰ ਜ਼ਿਆਦਾ ਪਤਾ ਨਹੀਂ ਸੀ, ਕਿਉਂਕਿ ਮੈਂ ਇਹ ਨਹੀਂ ਮੈਂ ਜਾ ਕੇ ਮੈਂ UK ਸਟਾਈਲ ਟੇਪ ਉਹ ਕਰਨੀ ਸੀ, ਜਾਂ ਉਹ ਪੰਜਾਬੀ ਸਟਾਈਲ ਦੀ ਟੇਸਟ ਇਹੀ ਸੀਗਾ, ਪਰ ਉਹ 'ਚ ਜਿਹੜੀ ਕੰਪੋਜੀਸ਼ਨ ਸੀ ਹੁਜਾ ਸਾਹਿਬ ਦੀ ਸੀ, ਉਹ ਜਿਹੜਾ ਪਹਿਲਾਂ ਗਈ ਸੀ ਬੜਾ ਪੰਜਾਬ 'ਚ ਵਧੀਆ ਰਿਹਾ ਸੀ, ਹਿੱਟ ਰਿਹਾ ਸੀਗਾ, ਸੋ ਇਸ ਕਰਕੇ ਉਹਦੇ ਵਿੱਚ ਮੈਟਰ ਸਾਰਾ ਤਕਰੀਬਨ ਪੰਜਾਬੀ ਸਟਾਈਲ ਦਾ ਮਿਊਜ਼ਿਕ ਸੀਗਾ, ਜਿਹੜਾ ਸੀਗਾ ਜਿਹੜੀ ਉਹਦੀ ਗੀਤਕਾਰੀ ਸਾਰੀ ਉਹਦੇ 'ਚ ਪੰਜਾਬੀ ਸਟਾਈਲ ਹੀ ਸੀ, ਕੋਈ UK ਸਟਾਈਲ ਨਹੀਂ ਸੀ ਉਹ। ਉਦੋਂ ਬਾਅਦ ਇੱਕ ਮੇਰਾ ਸਟਾਈਲ ਹੀ ਫਿਰ ਬਣ ਗਿਆ ਪੰਜਾਬ ਵਰਗਾ, ਉਹਦੇ ਵਿੱਚ ਪੰਜਾਬੀ ਇਤਨਾ ਸੰਬੰਧਿਤ ਗਾਣੇ ਇਸ ਤਰ੍ਹਾਂ ਦੇ ਗੀਤ ਮੈਟਰ ਮੈਂ ਗਾਉਂਦਾ ਰਿਹਾ ਜਾਂਦੇ। ਹਾਂਜੀ ਬਿਲਕੁਲ, ਇਹ ਜਿਹੜੀ ਪਹਿਲੀ ਪੇਡ ਤੁਹਾਡੀ ਸਟੇਜ ਸੀਗੀ ਜਿਹੜੀ ਬਤੌਰ ਅਦਾਕਾਰ ਤੁਸੀਂ ਲਾਈ, ਜਿਹਦਾ ਤੁਸੀਂ ਇੰਟਰਵਿਊਜ਼ ਦੇ ਵਿੱਚ ਵੀ ਜ਼ਿਕਰ ਕਰਦੇ ਹੋ, ਉਹ ਪਹਿਲੀ ਸਟੇਜ ਮੈਂ 10,000 ਰੁਪਏ 'ਚ ਲਾਈ ਸੀ, ਉਹ ਬਾਹਰ ਸੀ ਜਾਂ ਇੱਧਰ ਸੀਗੀ, ਉਹ ਤੁਹਾਡਾ ਪਹਿਲਾ ਤਜਰਬਾ ਕਿਵੇਂ ਦਾ ਰਿਹਾ? ਉਹ ਧਰਮਕੋਟ ਸੀ, ਸਾਡੇ ਮੋਗੇ ਦੇ ਕੋਲ ਹੀ ਹੈ, ਤਹਿਸੀਲ ਆ ਹੁਣ ਤਾਂ, ਅਤੇ ਉੱਥੇ ਲਾਈ ਦਾਣਾ ਮੰਡੀ ਦੇ ਵਿੱਚ, ਅਤੇ ਮੈਨੂੰ ਯਾਦ ਆ ਜੀ ਉਹ ਜਦੋਂ ਪਹਿਲੀ ਕੋਈ ਗੱਲਬਾਤ ਹੁੰਦੀ ਤਾਂ ਯਾਦ ਰਹਿੰਦੀ ਹੈ। ਹਾਂਜੀ ਬਿਲਕੁਲ, ਅਤੇ ਇਹ ਜਿਹੜਾ ਤੁਹਾਡਾ ਪਹਿਰਾਵਾ ਵਾ, ਜਿਵੇਂ ਉਹ ਰੀਸੈਂਟ ਲਵਲੀ ਨਿਰਮਾਣ ਹੁਣੇ ਵਾਪਸੀ ਕਰ ਰਹੇ ਨੇਗੇ, ਤਾਂ ਉਹ ਆਪਣੇ ਉਸੇ ਲਿਬਾਸ ਦੇ ਵਿੱਚ ਵਾਪਸੀ ਕਰ ਰਹੇ ਨੇ, ਕੁੜਤਾ ਚਾਦਰਾ ਲਾ ਕੇ ਉਹਨਾਂ ਦੀ ਉਹ ਵੀਡੀਓ ਸ਼ੂਟ ਹੋ ਰਹੀ ਹੈ, ਤੁਹਾਨੂੰ ਵੀ ਜਦੋਂ ਤੁਸੀਂ ਦੇਖਦੇ ਹਾਂ ਤਾਂ ਅਕਸਰ ਤੁਹਾਡਾ ਪਹਿਰਾਵਾ ਵੀ ਉਹੀ ਹੁੰਦਾ, ਕੁੜਤਾ ਚਾਦਰਾ, ਹੈ ਨਾ? ਸੋ ਉਹ ਚੀਜ਼ਾਂ ਜਿਹੜੇ ਉਸ ਵੇਲੇ ਦੇ ਫਨਕਾਰ ਸੀ ਜਾਂ ਜਿਨ੍ਹਾਂ ਨੇ 80-90 'ਚ ਜਾ ਕੇ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ, ਉਹ ਛੱਡ ਨਹੀਂ ਪਾ ਰਹੇ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸੇ ਚੀਜ਼ ਨੇ ਸਾਨੂੰ ਪਛਾਣ ਦਿੱਤੀ ਅਤੇ ਇਹਨਾਂ ਨੂੰ ਤੁਸੀਂ ਅੱਗੇ ਲੈ ਕੇ ਆ ਰਹੇ ਹੋ, ਜਾਂ ਫਿਰ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਉਹ ਗਾਇਕੀ ਕਰਦਾ ਜਿਹਨੇ ਕੁੜਤਾ ਚਾਦਰਾ ਲਾ ਕੇ ਨਹੀਂ ਗਾਇਆ? ਲੰਗੋਟੇ ਵਗੈਰਾ ਭਲਵਾਨ ਕਰਦਾ, ਇਸ ਤਰ੍ਹਾਂ ਦੀ ਗੱਲਾਂ ਚੱਲਦੀਆਂ, ਇਹ ਬਿਲਕੁਲ ਇਸ ਤਰ੍ਹਾਂ ਵੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਜੇ ਖਾੜਾ ਪੰਜਾਬੀ ਸਟਾਈਲ ਖਾੜਾ, ਮੇਰੇ ਜਿਹੜੇ ਗੀਤ ਆ ਉਹ ਵੀ ਉਹਨਾਂ ਦੇ ਸ਼ਬਦ ਬੋਲ ਠੇਠ ਪੰਜਾਬੀ ਲਈ ਦੇ ਆ, ਔਰ ਮੇਰੀ ਗਾਇਕੀ ਵੀ ਇਸ ਤਰ੍ਹਾਂ ਦੀ ਹੈ, ਜਿੰਨਾ ਚਿਰ ਮੈਂ ਪ੍ਰੋਪਰ ਤਿਆਰ ਨਹੀਂ ਹੁੰਦਾ ਉਸ ਸਟਾਈਲ 'ਚ, ਉਹ ਗਾਣਿਆਂ 'ਚ ਰੂਝ ਉਤਰਦੀ ਨਹੀਂ ਪੂਰੀ, ਇਸ ਕਰਕੇ ਮੇਰਾ ਤਾਂ ਹਰ ਸਟੇਜ 'ਤੇ ਮੈਂ ਪੰਜਾਬ ਆਲਮੋਸਟ ਮੇਰੇ ਕੁੜਤਾ ਚਾਦਰਾ ਪਾਏ ਹੁੰਦਾ, ਅਤੇ ਬਾਕੀ ਸ਼ੁਰੂ ਤੋਂ ਇਸ ਤਰ੍ਹਾਂ ਪਾਉਂਦੇ ਨੇ ਲੋਕ, ਮੈਨੂੰ ਚਾਹੁੰਦੇ ਵੀ ਇਸੇ ਤਰ੍ਹਾਂ ਮੈਂ ਪੇਸ਼ ਹੋਵਾਂ ਸਟੇਜ। ਜਿੰਨੇ ਜਿਵੇਂ ਹੁਣ ਸਰਦੂਲ ਸਿਕੰਦਰ ਜੀ ਹੋਰਾਂ ਦੀ ਗੱਲ ਕਰ ਲਈਏ, ਹੰਸਰਾਜ ਜੀ, ਮਖਸੂਸਪੁਰੀ ਸਾਹਿਬ, ਇੱਕ ਵੇਲੇ ਤੁਹਾਡੀ ਆਪਾਂ ਗੱਲ ਕਰ ਲਈ, ਇੱਕ ਵੇਲੇ ਸਾਰੇ ਫਨਕਾਰ ਪੂਰੇ ਸਰਗਰਮ ਸੀਗੇ, ਪਰ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਪਹਿਲਾਂ ਵਰਗੀਆਂ, ਤੁਹਾਨੂੰ ਇਹ ਚੀਜ਼ ਪਿੰਚ ਕਰਦੀ ਹੈ ਜਾਂ ਫਿਰ ਤੁਸੀਂ ਉਸ ਚੀਜ਼ ਨੂੰ ਐਕਸੈਪਟੈਂਸ ਲੈ ਕੇ ਚੱਲਦੇ ਹੋ ਵੀ ਠੀਕ ਆ, ਇਹ ਚੇਂਜ ਆ ਜਿਹੜਾ ਇਹ ਆਉਣਾ ਲਾਜ਼ਮੀ ਆ, ਪਹਿਲਾਂ ਉਹ ਸਾਡਾ ਦੌਰ ਸੀਗਾ ਜਦੋਂ ਅਸੀਂ ਚੱਲਦੇ ਸੀਗੇ, ਹੈ ਨਾ, ਜਾਂ ਹੁਣ ਸਾਡੀ ਜਿਹੜੀ ਗਾਇਕੀ ਆ ਉਹ ਸਮਾਂ ਪਾ ਕੇ ਆ ਰਹੀ ਆ, ਗੀਤਕਾਰ ਵੀ ਜਿਹੜੇ ਨੇਗੇ ਕਿਸੇ ਟਾਈਮ ਜਿਨ੍ਹਾਂ ਨੇ ਹਿੱਟ ਏਡੇ ਏਡੇ ਹਿੱਟ ਗੀਤ ਦਿੱਤੇ ਨੇਗੇ, ਅੱਜ ਉਹਨਾਂ ਦੀਆਂ ਤਰਾਸਦੀਆਂ ਵਾਲੀਆਂ ਇੰਟਰਵਿਊਜ਼ ਬਾਹਰ ਆ ਰਹੀਆਂ ਨੇਗੀਆਂ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ, ਖਾਸ ਤੌਰ 'ਤੇ ਆਪਣੇ ਲਈ? ਜੀ, ਸਮੇਂ ਦੇ ਦੌਰ ਨਾਲ ਮਤਲਬ ਬਦਲਦਾ ਰਹਿੰਦਾ ਕਾਫ਼ੀ
ਤੇ ਹੁਣ 뮤직 ਸਾਡੇ ਗਾਣੇ ਜਿਹੜਾ ਹੁਣ ਲੇਟਲੀ ਆ ਰਿਹਾ ਉਹ ਅੱਜ ਦੇ ਦੌਰ ਦਾ ਹੀ ਆ ਉਹਦੀ ਜਿਹੜਾ ਬੀਟ ਆ ਮਤਲਬ ਜੋ ਵੀ ਉਹਦਾ ਸਟਾਈਲ ਆ ਹੁਣ ਹੁਣ ਨਵਾਂ ਅਸੀਂ ਗਾਣਾ ਜਿਹੜਾ ਕਰ ਰਹੇ ਆ ਤੁਸੀਂ ਉਹ ਵੀ ਸੁਣੋਗੇ ਬਿਲਕੁਲ ਅੱਜ ਦੇ ਦੌਰ ਦਾ 뮤직 ਆ ਬਿਲਕੁਲ ਪਿੰਡਾਂ ਵਾਲੇ ਜੱਟ ਇਹਦੀ ਵੀ ਅਸੀਂ ਗੱਲ ਕਰਾਂਗੇ ਸਿਰ ਜਦੋਂ ਅੱਜ ਦਾ ਕੋਈ ਨਵਾਂ ਗਾਇਕ ਉੱਠ ਕੇ ਗਾਉਣ ਲੱਗਦਾ ਹੈ ਨਾ ਤਾਂ ਉਹਦੇ 'ਤੇ ਇਲਜ਼ਾਮ ਹੁੰਦਾ ਹੈ ਕਿ ਅਗਰ ਤੁਸੀਂ ਫੇਮਸ ਹੋਣਾ ਜਾਂ ਤਾਂ ਕੋਈ ਹਥਿਆਰ ਵਾਲਾ ਗੀਤ ਕਰ ਦਿਉ ਜਾਂ ਫਿਰ ਤੁਸੀਂ ਕੋਈ ਨਸ਼ੇ ਵਾਲਾ ਗੀਤ ਕਰ ਦਿਉ ਹੈ ਨਾ ਇੱਥੇ ਅੱਜ ਦੀ ਗੱਲ ਰਹੀ ਹੈ ਪਰ ਜਦੋਂ ਅਸੀਂ ਗਿੱਲ ਹਰਦੀਪ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਤੁਹਾਡੇ ਦਿੱਲੀ ਅਤੇ ਲਾਹੌਰ ਵਰਗੇ ਗੀਤ ਨੇ ਤਾਂ ਤੁਹਾਨੂੰ ਵੀ ਸਮੇਂ ਸਮੇਂ 'ਤੇ ਇਹ ਸਵਾਲ ਹੋਇਆ ਕਿ ਤੁਸੀਂ ਸ਼ਰਾਬ ਵਾਲੇ ਗੀਤ ਬਹੁਤ ਗਾਏ ਨੇ ਤੁਹਾਡੀ ਪਹਿਲੀ ਐਲਬਮ ਦੇ ਵਿੱਚ ਵੀ ਉਹ ਗੀਤ ਸੀਗਾ ਜੱਟਾਂ ਨੇ ਪੀਣੀ ਦਾਰੂ ਪੀਣੀ ਹੈ ਸਿਰ ਤੋਂ ਵਾਰ ਕੇ ਜਾਂ ਫਿਰ ਨਾ ਬੋਲਿਆ ਕਰ ਮੂਹਰੇ ਜਦ ਘੁੱਟ ਪੀਤੀ ਹੁੰਦੀ ਹੈ ਜਾਂ ਫਿਰ ਵੱਖਰਾ ਨਜ਼ਾਰਾ ਹੁੰਦਾ ਮੋਟਰ 'ਤੇ ਪੀਣ ਦਾ ਹੈ ਨਾ ਸੋ ਇਹ ਚੀਜ਼ ਜਦੋਂ ਤੁਹਾਡੀ ਸ਼ੁਰੂਆਤ ਹੋਈ ਸੀ ਤੁਸੀਂ ਵੀ ਸ਼ਰਾਬ ਨੂੰ ਨਾਲ ਲੈ ਕੇ ਚੱਲੇ ਸੀ ਕਿਉਂਕਿ ਉਹ ਜਿਹੜਾ ਵੇਲਾ ਸੀਗਾ ਉਹਨਾਂ ਵੇਲਿਆਂ 'ਚ ਸ਼ਰਾਬ ਹੀ ਬਹੁਤ ਵੱਡਾ ਨਸ਼ਾ ਹੁੰਦੀ ਸੀਗੀ ਹੁਣ ਤਾਂ ਚਲੋ ਸ਼ਰਾਬ ਆਪਾਂ ਕਹਿ ਦਿੰਦੇ ਵੀ ਸ਼ਰਾਬ ਸ਼ਰੂਬ ਤਾਂ ਠੀਕ ਆ ਬਸ ਚਿੱਟਾ ਚੁੱਟਾ ਨਾ ਕਰਦਾ ਹੋਵੇ ਹੈ ਨਾ ਹੁਣ ਉਹ ਨਸ਼ਿਆਂ ਨੇ ਉਹ ਥਾਵਾਂ ਲੈ ਲਈਆਂ ਨੇਗੀਆਂ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੇ ਲਈ ਤੁਸੀਂ ਵੀ ਉਸ ਟਾਈਮ ਕੰਟਰੀਬਿਊਟ ਕੀਤਾ ਕਿ ਨਸ਼ਿਆਂ ਨੂੰ ਲੈ ਕੇ ਤੁਸੀਂ ਗੀਤ ਗਾਇਆ ਉਸ ਸਮੇਂ ਦਾ ਜਿਹੜਾ ਸਭ ਤੋਂ ਵੱਡਾ ਨਸ਼ਾ ਸੀ ਉਹ ਜਿਹੜਾ ਗੀਤ ਸੀਗਾ ਮੈਨੂੰ ਮੇਰੇ ਕੋਲ 8-9 ਗੀਤ ਹੋਰ ਸੀ ਜਿਹੜੇ ਮੇਰੇ ਆਪਦੇ ਸੀਗੇ ਉਹ ਜਸਪਾਲ ਸੂਸ ਜੀ ਹੁਣ ਅਮਰੀਕਾ ਵੱਸਦੇ ਆ ਅਤੇ ਉਹਨਾਂ ਦਾ ਗੀਤ ਸੀ ਉਹ ਆਲਰੇਡੀ ਹੁਜਾ ਸਾਹਿਬ ਕੋਲ ਸੀਗਾ ਉਹਨਾਂ ਦਾ ਕੰਪੋਜ਼ ਵੀ ਉਹਨਾਂ ਨੇ ਕੀਤਾ ਸੀਗਾ ਅਤੇ ਉਹ ਮੈਂ ਪਾਇਆ ਉਹ ਕੁਦਰਤ ਉਹ ਜਦੋਂ ਤੁਸੀਂ ਸ਼ੁਰੂ 'ਚ ਟੇਪਾਂ ਕਰਦੇ ਉਹਦੇ ਜ਼ਿਆਦਾ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਮੈਟਰ ਕਰਨਾ ਕਿਉਂਕਿ ਉਹ ਜੋ ਉਹ ਵੱਡੇ ਲੋਕ ਨੇ ਉਹੀ ਦੱਸਦੇ ਵੀ ਆ ਤਰਜ ਠੀਕ ਹੈ ਬਾਕੀ ਮੇਰੇ ਹਿਸਾਬ ਨਾਲ ਜਿਹੜਾ ਆਰਟਿਸਟ ਆ ਨਾ ਜਾਂ ਗਾਉਣ ਵਾਲਾ ਜਾਂ ਅਦਾਕਾਰ ਨੂੰ ਹਰ ਰੰਗ ਹੀ ਗਾਉਣਾ ਚਾਹੀਦਾ ਕਿਉਂਕਿ ਸਮਾਜ 'ਚ ਹਰ ਵਰਗ ਹੀ ਵੱਸਦਾ ਇੱਥੇ ਸੋਫੀ ਵੀ ਵੱਸਦੇ ਆ ਬਹੁਤ ਧਾਰਮਿਕ ਲੋਕ ਵੀ ਵੱਸਦੇ ਆ ਅਤੇ ਮਾੜੀ ਮੋਟੀ ਪੀਣ ਪੂਣਾ ਵੀ ਵੱਸਦੇ ਹੁਣ ਸਾਰਾ ਕਲਾਕਾਰ ਦਾ ਫਰਜ਼ ਆ ਸਭ ਨੂੰ ਖੁਸ਼ ਰੱਖੇ ਹਾਂ ਇਹ ਜ਼ਰੂਰ ਹੈ ਵੀ ਜਿਹੜੀਆਂ ਬਹੁਤ ਇੱਦੂ ਬੁਰਾਈਆਂ ਹੋਰ ਬਹੁਤ ਸਮਾਜ ਦੇ ਵਿੱਚ ਬਹੁਤ ਭੜੀਆਂ ਭੜੀਆਂ ਉਹਨਾਂ 'ਤੇ ਆਪਾਂ ਚੋਟਾਂ ਵੀ ਕੀਤੀਆਂ ਸਮੇਂ ਸਮੇਂ ਕਰਪਸ਼ਨ 'ਤੇ ਹੋਰ ਚੀਜ਼ਾਂ ਜਿਹੜੀਆਂ ਕਰਨ ਵਾਲੇ ਸੀ ਅਸੀਂ ਗਾਣੇ 'ਚ ਕਰਦੇ ਰਹੇ ਆਪਦੇ ਖਾਸ ਕਰ ਡੇਰਾਬਾਦ 'ਤੇ ਵੀ ਤੁਸੀਂ ਗਾਇਆ ਤਰਕਸ਼ੀਲ ਗਾਇਆ ਸੋ ਆਪਦੀ ਡਿਊਟੀ ਸਮਝਦੇ ਹੋਏ ਜਿੱਥੇ ਆਪਾਂ ਭੰਗੜੇ ਵਾਲੇ ਗੀਤ ਗਾਏ ਆ ਅਤੇ ਹੋਰ ਸੈਡ ਵੀ ਗਾਏ ਆ ਰੋਮਾਂਟਿਕ ਉੱਥੇ ਮੈਂ ਸਮਾਜਿਕ ਗੀਤ ਵੀ ਬਹੁਤ ਗਾਏ ਅਤੇ ਨਾਲ ਦੀ ਨਾਲ ਮੈਂ ਆਪਦੀ ਡਿਊਟੀ ਪੂਰੀ ਕੋਸ਼ਿਸ਼ ਕਰਦਾ ਨਿਭਾਉਣ ਦੀ ਹਾਂ ਪ੍ਰਵੀਨ ਸ਼ਰਮਾ ਹੋਰਾਂ ਨੇ ਇੱਕ ਇੰਟਰਵਿਊ 'ਚ ਤੁਸੀਂ ਕਿਹਾ ਕਿ ਅੱਜ ਦਾ ਜੋ ਦੌਰ ਹੈ ਮੈਨੂੰ ਗਾਇਕੀ ਦਾ ਆਤੰਕਵਾਦ ਲੱਗਦਾ ਆ ਅੱਜ ਦੀ ਗਾਇਕੀ ਤੁਹਾਨੂੰ ਕਿਉਂ ਇਹੋ ਜਿਹੀ ਲੱਗੀ ਕਿ ਤੁਸੀਂ ਇੱਕ ਆਤੰਕਵਾਦ ਵਰਗਾ ਸ਼ਬਦ ਉਸ ਗਾਇਕੀ ਦੇ ਨਾਲ ਜੋੜ ਕੇ ਉਸ ਚੀਜ਼ ਨੂੰ ਬੋਲਿਆ ਮਤਲਬ ਜਦੋਂ ਤੁਸੀਂ ਨਾ ਉਹ ਅੱਜ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਭਿੜ ਰਹੇ ਗਾਲੋ ਗਾਲੀ ਹੋ ਰਹੇ ਇਹ ਇਹੋ ਜਿਹੇ ਲੱਗਦਾ ਵੀ ਇਹ ਕੋਈ ਗਾਇਕੀ ਵਾਲੀ ਗੱਲ ਦੇ ਵੀ ਇੱਕ ਦੂਜੇ ਨੂੰ ਮੈਨੂੰ ਤਾਂ ਲੱਗਦਾ ਮਿੱਥ ਕੇ ਕਰਦੇ ਆ ਵੀ ਖਰੇ ਚੜ੍ਹਾਈ ਇਸ ਗੱਲ ਆਉਂਦੀ ਹੈ ਸਾਡੇ ਇਹ ਗੱਲ ਸਾਰੀ ਦਿਮਾਗ 'ਚ ਅਸੀਂ ਤਾਂ ਆਪਦਾ ਕੰਮ ਲਈ ਕਰ ਤੁਰੇ ਜਾਂਦੇ ਹਾਂ ਪਰ ਇਹ ਜਿਹੜਾ ਮਾਰ ਮਰਈਆ ਮਿੱਥ ਕੇ ਆ ਗੱਲ ਕਰਨੀ ਵੀ ਤੁਸੀਂ ਆਹ ਕਰਦੇ ਹੋ ਕੱਲ੍ਹ ਨੂੰ ਸੋਸ਼ਲ ਮੀਡੀਆ ਦੂਜੇ ਦੀ ਗੱਲ ਚੱਕ ਲਈ ਉਹਨੇ ਇਹਦੇ ਬਾਰੇ ਐਂ ਕਹਿਤਾ ਇਹ ਗੱਲਾਂ ਗਾਉਣ ਦੇ ਨਾਲ ਮੈਨੂੰ ਸੰਬੰਧ ਇਹਨਾਂ ਦਾ ਹੈ ਨਹੀਂ ਆ ਹਾਂਜੀ ਅਤੇ ਜਿਵੇਂ ਮੈਂ ਕਿਹਾ ਵੀ ਤੁਹਾਡੇ ਵਰਗੇ ਜਿਹੜੇ ਫਨਕਾਰ ਨੇ ਉਹ ਚੁੱਪ ਨੇਗੇ ਇਸ ਟਾਈਮ 'ਤੇ ਕਿਉਂ ਇਹ ਚੀਜ਼ਾਂ ਬਾਹਰ ਨਹੀਂ ਆ ਰਹੀਆਂ ਹੈਗੀਆਂ ਅਗਰ ਤੁਸੀਂ ਗਾਓਗੇ ਜਾਂ ਸਰਦੂਲ ਸਿਕੰਦਰ ਜੀ ਹੁਰੀ ਗਾਉਣਗੇ ਮਖਸੂਸਪੁਰੀ ਸਾਹਿਬ ਉਸੇ ਲਗਾਤਾਰਤਾ ਦੇ ਵਿੱਚ ਬਣੇ ਰਹਿਣਗੇ ਤਾਂ ਹੋ ਸਕਦਾ ਕਿ ਬਹੁਤ ਸਾਰੇ ਜਿਹੜੇ ਇੱਦਾਂ ਦੇ ਗਾਇਕ ਉੱਠੇ ਨੇ ਜਦੋਂ ਸਾਡੇ ਸੀਨੀਅਰ ਗਾਇਕ ਨਹੀਂ ਗਾ ਰਹੇ ਸੀਗੇ ਉਹ ਸ਼ਾਇਦ ਨਾ ਉੱਠਦੇ ਤਾਂ ਚੀਜ਼ਾਂ ਇੱਥੋਂ ਤੱਕ ਨਾ ਪਹੁੰਚਦੀਆਂ ਹਾਂਜੀ ਜਿਹੜਾ ਯੂਥ ਆ ਨਾ ਤੁਸੀਂ ਕਿੰਨਾ ਰੋਕ ਲਓ ਵੀ ਐਂ ਨਹੀਂ ਮਰਨਾ ਜੋ ਨਹੀਂ ਕਰਨਾ ਜਿਹੜਾ ਉਹਨਾਂ ਨੇ ਸੁਣਨਾ ਕਿਉਂਕਿ ਬਹੁਤ ਗਲਤੀ ਸੁਣਨ ਵਾਲੇ ਵੀ ਉਹਨਾਂ ਦੀ ਹੈ ਅਤੇ ਤੁਸੀਂ ਜੇ ਕਹੋ ਵੀ ਆਏ ਹੋਣਾ ਨਹੀਂ ਚਾਹੀਦਾ ਪੁਰਾਣੇ ਉਹ ਤਾਂ ਹੋਣਾ ਹੀ ਹੁਣ ਨੈਚੁਰਲ ਹੋਣਗੀਆਂ ਚੀਜ਼ਾਂ ਹੈ ਇਹ ਠੀਕ ਆ ਵੀ ਤੁਸੀਂ ਆਪਦਾ ਫਰਜ਼ ਮੈਂ ਡਿਊਟੀ ਜੇ ਮੇਰੀ ਹੈ ਮੈਂ ਉਹ ਪੂਰੀ ਕਰਾਂ ਵੀ ਜੇ ਮੈਨੂੰ ਲੱਗਦਾ ਅਸੀਂ ਹਰ ਪਿੱਛੇ ਜੇ ਵੀ ਗਾਏ ਆ ਉੱਠ ਜਾਗ ਪੰਜਾਬ ਸੇ ਹਾਂ ਮਤਲਬ ਆਪਾਂ ਜਿੱਥੇ ਬਣਦਾ ਕਹਿਣ ਦਾ ਉੱਥੇ ਕਹਿੰਦੇ ਜ਼ਰੂਰ ਉਦੋਂ ਪਹਿਲਾਂ ਨਸ਼ਿਆਂ 'ਤੇ ਗੀਤ ਕੀਤੇ ਆ ਕਰਪਸ਼ਨ 'ਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਤੈਨੂੰ ਉਹ ਵੀ ਕੀਤੇ ਆ ਰਾਹੇ ਬਿਖਾਏ ਆਪਾਂ ਜਿੱਥੇ ਮਨ ਨੂੰ ਲੱਗਦੀ ਵੀ ਹੁਣ ਤੇਰੀ ਗੱਲ ਕਰਨੀ ਬਣਦੀ ਹਰਦੀਪ ਸਿੰਘ ਉਹ ਮੈਂ ਕਰਦਾ ਦੇਖਿਓ ਪੰਜਾਬੀ ਪੰਜਾਬੀ ਨਾ ਭੁਲਾ ਦਿਓ ਬਿਲਕੁਲ ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਤੁਸੀਂ 27-28 ਸਾਲ ਤੋਂ ਹੋ ਗਏ ਤੁਹਾਨੂੰ ਗਾਉਂਦੇ ਨੂੰ ਪਰ ਤੁਸੀਂ ਹਰ ਸਮੇਂ ਦੇ ਨਾਲ ਬਣੇ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹੋ ਜਦੋਂ ਫੇਕ ਵਿਊਜ਼ ਦਾ ਦੌਰ ਆਉਂਦਾ ਤਾਂ ਤੁਸੀਂ ਜਾਣ ਬੁੱਝ ਕੇ ਆਪਣੇ ਇੱਕ ਗਾਣੇ ਦੇ ਫੇਕ ਵਿਊਜ਼ ਵੀ ਕਰਵਾ ਕੇ ਦੇਖੇ ਸੀ ਹਾਂ ਮੈਂ ਕਿਹਾ ਵੀ ਇਹ ਤਾਂ ਵਾਕਈ ਚੱਲਦਾ ਕੰਮ ਇਹ ਹੈਗਾ ਅਤੇ ਪਰ ਉਹ ਮੈਨੂੰ ਲੱਗਦਾ ਹੁੰਦਾ ਵੀ ਕਿਉਂਕਿ ਅੱਜ ਕੱਲ੍ਹ ਉਹ ਮੈਨੂੰ ਕਹਿੰਦੇ ਆ ਵੀ ਅੱਜ ਕੱਲ੍ਹ ਜ਼ਰੂਰੀ ਹੈ ਇਹ ਸਾਰਾ ਕੁਛ ਅਤੇ ਪਰ ਅਸਲ 'ਚ ਤਾਂ ਗੱਲ ਉਹੀ ਹੈ ਜਿਹੜੀ ਤੁਹਾਡੇ ਜਿਹੜੇ ਪੱਕੇ ਸਰੋਤੇ ਆ ਨਾ ਉਹ ਤੁਹਾਡੇ ਅਸਲ 'ਚ ਮਾਬਤ ਕਮਾਈ ਉਹ ਆ ਜਾਲੀ ਆਪਦੇ ਆਪ ਨੂੰ ਝੂਠੀ ਤਸੱਲੀ ਦੇਣੀ ਤਾਂ ਮਾੜੀ ਗੱਲ ਹੀ ਬਿਲਕੁਲ ਸਿਰ 14-15 ਐਲਬਮਾਂ ਤੁਸੀਂ ਕੀਤੀਆਂ 150-200 ਦੇ ਕਰੀਬ ਉਹਨਾਂ ਐਲਬਮਸ ਦੇ ਵਿੱਚ ਚਲੋ ਗੀਤ ਆ ਜਾਂਦੇ ਨੇਗੇ ਬਹੁਤ ਸਾਰੇ ਗੀਤਕਾਰਾਂ ਦੇ ਨਾਲ ਤੁਸੀਂ ਗਾਇਆ ਪਰ ਮੱਖਣ ਬਰਾੜ ਹੋਰਾਂ ਦਾ ਨਾਮ ਉਹਨਾਂ ਦੇ ਵਿੱਚੋਂ ਸਭ ਤੋਂ ਨੰਬਰ 1 'ਤੇ ਹੈਗਾ ਪਰ ਉਹਨਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਗੀਤਕਾਰਾਂ ਦੇ ਨਾਲ ਤੁਸੀਂ ਹੁਣ ਤੱਕ ਗਾਇਆ ਜਾਂ ਫਿਰ ਤੁਹਾਡਾ ਕੰਮ ਆ ਜਿਹੜਾ ਉਹਨਾਂ ਦੇ ਨਾਲ ਯਾਦਗਾਰ ਰਿਹਾ ਹੋਵੇ ਬਰਾੜ ਸਾਹਿਬ ਤਾਂ ਜ਼ਿਆਦਾ ਗੀਤ ਉਹਨਾਂ ਦੇ ਮੈਂ ਗਾਏ ਆ
ਉਸ ਤੋਂ ਇਲਾਵਾ ਇੰਦਾ ਰਾਏ ਕੋਟੀ ਜਤਿੰਦਰ ਨੇ ਜਰਨਿੰਦਰ ਬੁੱਕਣ ਵਾਲਾ ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜੋ ਇਸ ਤਰ੍ਹਾਂ ਦੇ ਗਾਣੇ ਮੈਂ ਉਹਨਾਂ ਦੇ ਗਾਏ ਆ ਮੰਗਲ ਠੂਰ ਜੀ ਉਹਨਾਂ ਦੇ ਗਾਣੇ ਕਾਫੀ ਗਾਏ ਆ ਹੁਣ ਲੇਟਲੀ ਜਤਿੰਦਰ ਧੂੜਕੋਟ ਉਹਨਾਂ ਦੇ ਤੇ ਹੋਰ ਵੀ ਸੌਰੀ ਕਈ ਵਾਰ ਵਿੱਚ ਰਹਿ ਜਾਂਦੇ ਨੇ ਪ੍ਰੀਤ ਭਾਗੀ ਕੇ ਕਾਫੀ ਬੰਦੇ ਜਿਹੜੇ ਨੇ ਜਿਹਨਾਂ ਨੇ ਗੀਤ ਗਾਏ ਆ ਤੇ ਨਵੇਂ ਮੁੰਡਿਆਂ ਦੇ ਵੀ ਗਾਏ ਪਿੱਛੇ ਜੇ ਸੋ ਇਸ ਤਰ੍ਹਾਂ ਗੀਤ ਵਧੀਆ ਬੋਲ ਵਧੀਆ ਹੋਣ ਤੇ ਉਹਦੇ ਵਿੱਚ ਮਤਲਬ ਉਹ ਗਾਉਣ 'ਚ ਕੋਈ ਹਰਜ ਨਹੀਂ ਜੀ ਤੁਸੀਂ ਕੈਨੇਡਾ ਦੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਦੇਖਿਆ ਅਤੇ ਇੱਕ ਉਹ ਵੀ ਰੁਝਾਨ ਸੀ ਪੰਜਾਬ 'ਚ ਜਦੋਂ ਅੱਜ ਤੋਂ 4-5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਕਹਿਣ ਲੱਗ ਗਏ ਸੀਗੇ ਵੀ ਉਹ ਕੈਨੇਡਾ ਨੂੰ ਤਾਂ ਹੁਣ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਕਿ ਤਾਂ ਉਦੋਂ ਫਿਰ ਗਾਇਕੀ ਦੇ ਵਿੱਚ ਵੀ ਉੱਦਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਂਦੇ ਨੇ ਨਛੱਤਰ ਗਿੱਲ ਹੋਰਾਂ ਨੇ ਉਹ ਗੀਤ ਗਾਏ ਸੀਗੇ ਕਿ ਸਾਨੂੰ ਬੜਾ ਮਹਿੰਗਾ ਪਿਆ ਕੈਨੇਡਾ ਤੁਹਾਨੂੰ ਲੱਗੇ ਉੱਥੇ ਰਹਿੰਦੇ ਹੋਇਆਂ ਵੀ ਤੁਹਾਨੂੰ ਵੀ ਕੁਛ ਇੱਦਾਂ ਦਾ ਗਾਉਣਾ ਚਾਹੀਦਾ ਜਾਂ ਵਾਕਈ ਇੱਦਾਂ ਦੇ ਗੀਤ ਗਾਉਣ ਦੀ ਲੋੜ ਹੈਗੀ ਹੈ ਕਿ ਜੋ ਰੁਝਾਨ ਚੱਲ ਰਿਹਾ ਹੁੰਦਾ ਅਤੇ ਉਹਦੇ ਉੱਪਰ ਹੀ ਗੀਤ ਗਾਇਆ ਜਾਵੇ ਮੇਰੇ ਜ਼ਿਆਦਾ ਗੀਤ ਤਾਂ ਜਿਹੜੇ ਹਕੀਕੀ ਗੱਲਾਂ ਉਹਦੇ ਨਾਲ ਸੰਬੰਧਿਤ ਹੁੰਦੇ ਆ ਮੈਂ ਹੁਣ ਜੇ ਕੈਨੇਡਾ ਦੀ ਗੱਲ ਕਰਦੇ ਸਤਵਿੰਦਰ ਸਿੰਘ ਦਾ ਮੈਂ ਗਾਣਾ ਗਾਇਆ ਸੀ ਬਾਈ ਜੀ ਦਾ ਵਸਦਾ ਰਵੇ ਕੈਨੇਡਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਕਿਉਂਕਿ ਉਹ ਸਾਡਾ ਬੜਾ ਸੋਹਣਾ ਮੁਲਕ ਹੈ ਅਤੇ ਉਹਦੇ ਵਿੱਚ ਮਤਲਬ ਹਰ ਬੰਦਾ ਕੰਮ ਮੌਕੇ ਸਭ ਨੂੰ ਮਿਲਦੇ ਆ ਬਰਾਬਰ ਮਿਲਦੇ ਕੋਈ ਉੱਥੇ ਸਿਫਾਰਿਸ਼ ਨਹੀਂ ਜਿੰਨਾ ਬੰਦਾ ਜੀਰੋ ਤੋਂ ਉੱਠ ਕੇ ਜਿੰਨਾ ਮਰਜ਼ੀ ਕੁਛ ਕਰ ਸਕਦਾ MP MLA ਡਿਫੈਂਸ ਮਿਨਿਸਟਰਾਂ ਤੱਕ ਆਪਣੇ ਬਣ ਗਏ ਲੋਕ ਸੋ ਇਸ ਕਰਕੇ ਉਸ ਮੁਲਕ ਦੀ ਬਿਊਟੀ ਇਸੇ ਗੱਲ 'ਚ ਹੀ ਹੈ ਅਤੇ ਇਸੇ ਕਰਕੇ ਮੈਂ ਗਾਣਾ ਗਾਇਆ ਸੀਗਾ ਵਸਦਾ ਰਵੇ ਕੈਨੇਡਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ ਅਤੇ ਉੱਥੇ ਰਹਿ ਕੇ ਹੋਰ ਵੀ ਵਿਸ਼ੇ ਆਉਣ ਜਿਹੜੇ ਨਵੇਂ ਗੀਤ ਇਹਨਾਂ ਦੇ ਵਿੱਚ ਉੱਥੋਂ ਦੇ ਵਿਸ਼ਿਆਂ ਦੀ ਗੱਲ ਕਰੀਏ ਹਾਂਜੀ ਇੱਕ ਗੀਤ ਤੁਸੀਂ ਗਾਇਆ ਸੀਗਾ ਕਿਉਂਕਿ ਬਾਹਰ ਜਦੋਂ ਅਸੀਂ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਇਹੀ ਹੁੰਦਾ ਹੈ ਕਿ ਆਪਾਂ ਟਰਾਲਿਆਂ 'ਤੇ ਚੱਲ ਦਈਏ ਨਾ ਅਤੇ ਤੁਸੀਂ ਇੱਕ ਗੀਤ ਗਾਇਆ ਸੀ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਹ ਨਾ ਲੱਗੀ ਉਹ ਗੀਤ ਤੁਸੀਂ ਇਸ ਵੇਲੇ ਗਾ ਦਿਓ ਕਿਉਂਕਿ ਮੈਂ ਜਦੋਂ ਰੇਡੀਓ 'ਤੇ ਸੀ ਤਾਂ ਮੋਸਟਲੀ ਜਿਹੜੇ ਸਾਡੇ ਸਰੋਤੇ ਹੁੰਦੇ ਸੀਗੇ ਉਹ ਟਰਾਲੇ ਚਲਾਉਣ ਵਾਲੇ ਹੁੰਦੇ ਸੀਗੇ ਅਤੇ ਇਸੇ ਗੀਤ ਦੀ ਫਰਮਾਇਸ਼ ਕਿਸੇ ਨਾ ਇੱਕ ਸਰੋਤੇ ਵੱਲੋਂ ਰੋਜ਼ ਹੁੰਦੀ ਓ ਹੁੰਦੀ ਸੀ ਉਹ ਇਸ ਤਰ੍ਹਾਂ ਵੀ ਜੇ ਬਰਾੜ ਸਾਹਿਬ ਦੱਸਦੇ ਹੁੰਦੇ ਕਹਿੰਦੇ ਜੇ ਡਰਾਈਵਰ ਭੱਜ ਗਿਆ ਨਾ ਅੱਜ ਕੱਲ੍ਹ ਭੈਣਾਂ ਵੀ ਡਰਾਈਵਰ ਆ ਵੀਰ ਸਾਰੇ ਡਰਾਈਵਰ ਜਿਹੜਾ ਡਰਾਈਵਰ ਆ ਜੇ ਉਹ ਸੇਫ ਆ ਤਾਂ ਸਮਝ ਲਓ ਗੱਡੀ ਸਾਰੀ ਸੇਫ ਆ ਇਸ ਤਰ੍ਹਾਂ ਸੀਗਾ ਵੀ ਉਹ ਤਾਂ 2700 ਸੁਣਾ ਦਿੰਦਾ ਉਹ ਜਾਣ ਡਰਾਈਵਰ ਗੱਡੀਆਂ ਵਾਲੇ ਛੋਟੀਆਂ ਵਾਲੇ ਵੱਡੀਆਂ ਵਾਲੇ ਉਹ ਖਾਲੀ ਵਾਲੇ ਨੱਤੀਆਂ ਵਾਲੇ ਕੋਈ ਪਿੱਛੇ ਕੋਈ ਅੱਗੇ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਣਾ ਲੱਗੇ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਣਾ ਲੱਗੇ ਰਿਆਜ਼ ਤੁਹਾਡਾ ਚੱਲਦਾ ਰਹਿੰਦਾ ਹਮੇਸ਼ਾ ਬਸ ਹਾਂਜੀ ਕੁਛ ਸਟੇਜਾਂ 'ਤੇ ਹੋ ਜਾਂਦਾ ਬਾਕੀ ਘਰੇ ਮੈਂ ਰੱਖਿਆ ਹਾਰਮੋਨੀਅਮ ਚਲੋ ਬਗੈਰਾ ਉਹ ਤਾਂ ਕਰਦੇ ਜਿੰਨਾ ਵੀ ਟਾਈਮ ਲੱਗਦਾ ਇਸ ਗੀਤ ਨੂੰ ਆਉਣ ਤੋਂ ਬਾਅਦ ਤੁਹਾਡੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਵੀ ਡਰਾਈਵਰੀ ਕਰਦੇ ਸੀਗੇ ਅਤੇ ਉਹਨਾਂ ਦੀ ਮਾਂ ਵੱਲੋਂ ਚਲੋ ਤੁਹਾਨੂੰ ਬੁਲਾ ਕੇ ਕਿਹਾ ਗਿਆ ਅਫਸੋਸ ਜਦੋਂ ਤੁਸੀਂ ਕਰਨ ਗਏ ਕਿ ਤੁਸੀਂ ਤਾਂ ਹਮੇਸ਼ਾ ਖੈਰ ਮੰਗਦੇ ਸੀਗੇ ਡਰਾਈਵਰ ਲੋਕਾਂ ਦੀ ਪਰ ਮੇਰੇ ਪੁੱਤ ਨਾਲ ਕੀ ਹੋ ਗਿਆ ਜਦੋਂ ਗਾਇਕ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਕਿ ਉਹਦੀ ਗਾਇਕੀ ਨੂੰ ਜਾਂ ਉਹਦੇ ਵੱਲੋਂ ਜੋ ਗਾਇਆ ਜਾ ਰਿਹਾ ਵਾ ਉਹਨੂੰ ਅੱਗੇ ਵਾਲਾ ਕਿਵੇਂ ਸੁਣ ਰਿਹਾ ਜਾਂ ਕਿਸ ਹੱਦ ਤੱਕ ਉਤਰ ਕੇ ਸੁਣ ਰਿਹਾ ਨਾ ਜਦੋਂ ਇਹੋ ਜਿਹੇ ਮੌਕਿਆਂ 'ਤੇ ਫਿਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇਗੀਆਂ ਕਿ ਅੱਛਾ ਇੰਨੀ ਸਿਹਰਦਤਾ ਦੇ ਨਾਲ ਤੁਹਾਨੂੰ ਕੋਈ ਸੁਣ ਰਿਹਾ ਸੀਗਾ ਕਿ ਲੱਗ ਰਿਹਾ ਸੀ ਕਿ ਵਾਕਈ ਗਾਉਣ ਵਾਲਾ ਉਹਨਾਂ ਦੇ ਲਈ ਇੱਕ ਅਰਦਾਸ ਕਰ ਰਿਹਾ ਉਦੋਂ ਕੀ ਮਹਿਸੂਸ ਹੁੰਦਾ ਉਹ ਸਾਡੇ ਜਿੱਥੇ ਮੈਂ ਜਾ ਕੇ ਜ਼ਿਆਦਾ 7-8 ਮਹੀਨੇ ਐਮਸਪੋਰਟ ਰਹਿੰਦਾ ਅਤੇ ਉੱਥੇ ਮੇਲਾ ਸੀ ਉਹਨਾਂ ਦਿਨਾਂ 'ਚ ਕੋਈ ਉਸ ਏਰੀਏ ਦੇ ਵਿੱਚ ਮੱਖਣ ਬਰਾੜ ਜੀ ਉੱਥੇ ਗਏ ਸੀ ਉਹ ਕੁਦਰਤੀ ਸਾਡੇ ਉਸ ਟਾਊਨ ਦੇ ਵਿੱਚ ਉਹ ਡੈਥ ਹੋਈ ਸੀ ਅਤੇ ਕੋਈ ਨੌਜਵਾਨ ਮੁੰਡਾ ਸੀਗਾ ਅਤੇ ਉਹਦਾ ਕਤਲ ਹੋ ਗਿਆ ਹੈ ਨਾ ਉਹ ਮਤਲਬ ਐਕਸੀਡੈਂਟ ਹੋ ਗਿਆ ਜਾਂ ਜੋ ਵੀ ਅਤੇ ਉਹ ਜਿਹੜੀ ਉਹਨਾਂ ਦੀ ਦਾਦੀ ਸੀ ਉਹ ਜਦੋਂ ਘਰੇ ਗਏ ਅਤੇ ਉਹਨਾਂ ਦੀ ਬੇਬੇ ਮਾਤਾ ਜੀ ਉਹਨਾਂ ਦੇ ਉਹ ਕਹਿੰਦੇ ਵੀ ਕਿਸੇ ਨੇ ਦੱਸਿਆ ਵੀ ਹਰਦੀਪ ਹੁਣੀ ਇੱਧਰ ਆਏ ਅਸੀਂ ਬੰਦਿਆਂ 'ਚ ਬਹਿ ਗਏ ਉਹ ਮਾਤਾ ਨੇ ਆਵਾਜ਼ ਮਾਰ ਕੇ ਕਿਸੇ ਨੂੰ ਬੁਲਾਇਆ ਅਤੇ ਮੈਨੂੰ ਘੁੱਟ ਕੇ ਵੀ ਪੁੱਤ ਤੂੰ ਤਾਂ ਅਰਦਾਸਾਂ ਕਰਦਾ ਜੀ ਸਾਡੇ ਮੁੰਡੇ ਨੂੰ ਐਂ ਕਿਉਂਕਿ ਹੋ ਗਿਆ ਸੋ ਇਸ ਕਰਕੇ ਉਹ ਲੋਕ ਗੀਤਾਂ ਕਰਕੇ ਵੀ ਬਹੁਤ ਕਈ ਵਾਰ ਪਤਾ ਨਹੀਂ ਸਾਨੂੰ ਹੁੰਦਾ ਵੀ ਕਿੰਨੇ ਕਿੱਥੋਂ ਤੱਕ ਜੁੜੇ ਹੋਏ ਸਾਡੇ ਨਾਲ ਅਤੇ ਪਰ ਅਸੀਂ ਤਾਂ ਸਦਾ ਖੈਰ ਮੰਗਦੇ ਹਾਂ ਬਈ ਸਭ ਚੜ੍ਹਦੀ ਕਲਾ 'ਚ ਰਹਿਣ ਬਿਲਕੁਲ ਅਤੇ ਅੱਜ ਹੁਣ ਅਸੀਂ 2019 ਨੂੰ ਆਲਮੋਸਟ ਬਾਈ ਕਹਿ ਰਹੇ ਹਾਂ ਅਤੇ 2020 ਆਉਣ ਵਾਲਾ ਕਹਿੰਦੇ ਨੇ ਇੱਕ ਜੋਕ ਵੀ ਸੀਗਾ ਕਹਿੰਦੇ ਇਹ ਸਾਡੀ ਆਖਰੀ ਜ਼ਿੰਦਗੀ ਦਾ ਆਖਰੀ ਟੀਨ ਆ ਇਸ ਤੋਂ ਬਾਅਦ 2020-21-22 'ਤੇ ਚਲੇ ਚੱਲਦੇ ਰਹਿਣੇ ਨੇਗੇ ਸੋ ਤੁਸੀਂ ਵੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹੋ ਪਿੰਡਾਂ ਵਾਲੇ ਜੱਟ ਇਹ ਕਿਹੋ ਜਿਹਾ ਗੀਤ ਹੈ ਛੋਟਾ ਵੀਰ ਜਤਿੰਦਰ ਧੂੜਕੋਟ ਉਹਦਾ ਗੀਤ ਹੈ ਮੈਂ ਪਿੱਛੇ ਜੇ ਉਹਨਾਂ ਦੇ ਗਾਣੇ ਪਹਿਲਾਂ ਵੀ ਸੀ ਇੱਕ ਡਿਊਟ ਆਇਆ ਸੀ ਪੈਸਾ ਹੋਰ ਕਿਤੋਂ ਨਹੀਂ ਬਣਦਾ ਜਿੰਨਾ ਬਣੇ ਟਰੱਕਾਂ ਤੋਂ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦਾ ਗਾਇਆ ਭੰਗੜਾ ਸਟੈਪ ਉਹ ਬੜਾ ਅੱਜ ਕੱਲ੍ਹ ਐਕਟਿਵ ਆ ਛੋਟਾ ਵੀਰ ਅਤੇ ਰਾਏ ਬੀਟਸ ਕੰਪਨੀ ਉਹਦੇ ਵਿੱਚ ਮੇਰਾ ਨਵਾਂ ਗੀਤ ਜਿਹੜਾ ਆ ਰਿਹਾ ਵਿਆ ਮਤਲਬ ਪਿੰਡਾਂ ਵਾਲੇ ਜੱਟ ਉਹ ਪਿੱਛੇ ਜੇ ਕਹਿੰਦੇ ਯਾਰ ਤੂੰ ਐਂ ਲੱਗਦਾ ਵੀ ਜੱਟਾਂ ਨੂੰ ਫਿਰ ਥੋੜ੍ਹਾ ਜਿਹਾ ਕਹਿੰਦੀ ਕਿ ਪੰਪ ਦੇਣ ਲੱਗਾ ਇਹੋ ਜਿਹੀ ਕੋਈ ਗੱਲ ਨਹੀਂ ਕਈ ਜਣੇ ਕਮੈਂਟ ਵੀ ਪੜ੍ਹੇ ਸੀਗੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਮੈਂ ਲਿਖਿਆ ਵੀ ਜਿਹੜੇ ਆਮ ਸਿੱਧੇ ਸਾਧੇ ਲੋਕ ਸੀ ਪਿੰਡਾਂ ਦੇ ਇੱਥੋਂ
ਉਹ ਜਦੋਂ ਕੈਨੇਡਾ ਅਮਰੀਕਾ ਜਾਂ ਹੋਰ ਕਿਤੇ ਵੀ ਜਾਂਦੇ ਆ ਉੱਥੇ ਗਏ ਉਹਨਾਂ ਨੇ ਜੀਰੋ ਉਹਨਾਂ ਕੋਲ $20 ਲੈ ਕੇ ਗਏ ਹੋਣੇ ਮੇਰੇ ਖਿਆਲ ਉਹਨਾਂ ਨੇ ਇੰਨੀ ਮਿਹਨਤ ਤਰੱਕੀਆਂ ਕੀਤੀਆਂ ਹਰ ਖੇਤਰ ਦੇ ਵਿੱਚ ਮਤਲਬ ਡਿਵੈਲਪਿੰਗ ਦੇ ਵਿੱਚ ਘਰਾਂ ਬਣਾਉਣ 'ਚ ਕਾਰਾਂ ਦਾ ਕਾਰ ਜਿੱਥੇ ਵੀ ਮਤਲਬ ਅਤੇ ਰੀਅਲ ਸਟੇਟ ਦੇ ਵਿੱਚ ਮੀਡੀਏ 'ਚ ਉਹ ਸਾਰੀਆਂ ਗੱਲਾਂ ਸੀ ਉਸ ਗਾਣੇ ਦੇ ਵਿੱਚ ਪਾਈਆਂ ਅਤੇ ਉਹ ਮੈਨੂੰ ਲੱਗਦਾ ਵੀ ਲੋਕਾਂ ਨੂੰ ਬਹੁਤ ਪਸੰਦ ਆਊਗਾ ਔਰ ਬੂਸਟ ਕਰੂਗਾ ਜਿਹੜੇ ਹੁਣ ਜਾਣ ਨਵੇਂ ਜਾਣ ਵਾਲੇ ਹਨ ਵੀ ਅਸੀਂ ਵੀ ਕੰਮ ਮਿਹਨਤਾਂ ਕਰੀਏ ਵੇਖ ਲਓ ਆਹ ਪਿੰਡਾਂ ਵਾਲੇ ਜਿਹੜੇ ਸਿੱਧੇ ਸਾਦੇ ਜੱਟ ਸੀ ਇਹਨਾਂ ਨੇ ਆ ਕੇ ਕਿਵੇਂ ਮਤਲਬ ਝੰਡੇ ਕੱਢੇ ਇਸ ਤਰ੍ਹਾਂ ਦਾ ਗੀਤ ਹੈ ਮਿਊਜ਼ਿਕ ਅੰਪਾਇਰ ਦਾ ਮਿਊਜ਼ਿਕ ਆ ਉਹ ਅਤੇ ਜੈਸੀ ਧਨੋਆਜੀ ਦੀ ਵੀਡੀਓ ਆ ਅਤੇ ਮੈਨੂੰ ਤਾਂ ਬੜੀ ਅੱਛੀ ਲੱਗਦੀ ਆ ਜੋ ਹੁਣ ਬਸ 12 ਨੂੰ ਰਿਲੀਜ਼ ਹੋ ਜਾਣਾ ਅਤੇ ਉਮੀਦ ਆ ਵੀ ਬਹੁਤ ਪਿਆਰ ਮਿਲੂਗਾ ਦੋ ਲਾਈਨਾਂ ਅਸੀਂ ਸੁਣ ਸਕਦੇ ਹਾਂ ਇਸ ਗੀਤ ਦੀ ਨਵਾਂ ਬਸਾ ਆ ਜਾਣਾ ਤੁਸੀਂ ਸੁਣ ਪਾ ਰਹੇ ਠੀਕ ਹੈ ਜੀ ਤੁਹਾਡੀਆਂ ਇੰਟਰਵਿਊਜ਼ ਦੇ ਵਿੱਚ ਮੈਂ ਪਿਛਲੀਆਂ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊਜ਼ ਸੁਣਦੇ ਰਹੀਦਾ ਆ ਅਤੇ ਲੱਗਦਾ ਵੀ ਤੁਹਾਡੇ 'ਤੇ ਸੱਚੀ ਜੱਟਵਾਦ ਹੈਗਾ ਪਰ ਇਹ ਸੱਚੀ ਗੱਲ ਹੈ ਮੇਰੀ ਕੋਈ ਸਟਾਈਲ ਆ ਮੇਰਾ ਮੇਰਾ ਬੋਲਣ ਦਾ ਜਿਵੇਂ ਹੁਣ ਮੈਨੂੰ ਜੇ ਬਣਾਉਟੀ ਜਾਂ ਬਣਾ ਕੇ ਜੀ ਕਰੂੰਗਾ ਮੈਂ ਮੋਗਾ ਰਹਿ ਨਹੀਂ ਜਾਣਾ ਮੈਂ ਰਹਿੰਦਾ ਇਹ ਹੀ ਹੈ ਮੋਸਟਲੀ ਮੈਂ ਇਹੋ ਜਿਹੇ ਕੱਪੜੇ ਪਾ ਲੈਂਦਾ ਅਤੇ ਜੇ ਤੁਸੀਂ ਮੋਗੇ ਉੱਧਰ ਕੋਟੇ ਜਾਂ ਪਜਾਮਾ ਹੁੰਦਾ ਮੇਰਾ ਇਸ ਤਰ੍ਹਾਂ ਇਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਕਿੰਨਾ ਕੁ ਆਪਾਂ ਵਰੀ ਜਾਵੇ ਹੈ ਨਾ ਬਣਾਉਟੀ ਬਣ ਜਾ ਹਾਂਜੀ ਅੱਗੇ ਦੀਆਂ ਕੀ ਹੈਗੀਆਂ ਨੇ ਯੋਜਨਾਵਾਂ ਤੁਹਾਡੀਆਂ ਅੱਗੇ ਦੇ ਫਿਊਚਰ ਪਲਾਨਸ ਕੀ ਬਿਲਕੁਲ ਜੀ ਹੁਣ ਸਾਡੇ ਜਿਹੜੇ ਇਸ ਗਾਣੇ ਤੋਂ ਬਾਅਦ ਮਤਲਬ ਜਿਹੜਾ ਨਵਾਂ ਗਾਣਾ ਆ ਰਿਹਾ ਪਿੰਡ ਵਾਲੇ ਜੱਟ ਉਸ ਤੋਂ ਬਾਅਦ ਮੱਖਣ ਬਰਾੜ ਜੀ ਦੇ ਅਤੇ ਚਮਕੌਰ ਘੱਲਾਂ ਵਾਲਾ ਅਤੇ ਹਰਜਿੰਦਰ ਕੰਗ ਸਾਹਿਬ ਇਹਨਾਂ ਦੇ ਗੀਤ ਲਾਈਨ ਅਪ ਨੇ ਅਤੇ ਧੂੜ ਕੁੱਟੀਆ ਬਾਈ ਦਾ ਇੱਕ ਛੋਟੇ ਬੋਲੇ ਹੋਰ ਗੀਤ ਆ ਉਹ ਵੀ ਅਸੀਂ ਲਾਈਨ ਅਪ ਪਹਿਲਾਂ ਹੁਣ ਕੁਛ ਨਾ ਕੁਛ ਆਪਾਂ ਕਰਦੇ ਰਹਾਂਗੇ 3-4 ਮਹੀਨੇ ਹਾਂ ਮੈਂ ਕਰਾਂਗੇ ਗਾਇਕੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਦੇਵ ਤਰੀਕੇ ਵਾਲੇ ਸਾਹਿਬ ਅਤੇ ਕੁਲਦੀਪ ਮਾਣਕ ਜੀ ਇਹ ਕੁਛ ਇੱਦਾਂ ਦੀਆਂ ਜੋੜੀਆਂ ਨੇਗੀਆਂ ਜਾਂ ਫਿਰ ਸ਼ਮਸ਼ੀਰ ਸੰਧੂ ਅਤੇ ਬਿੰਦਰਖੀਆ ਸਾਹਿਬ ਹੋਰਾਂ ਦੀ ਅਸੀਂ ਗੱਲ ਕਰ ਲਈਏ ਨਾ ਤਾਂ ਇਹਨਾਂ ਨੇ ਮਤਲਬ ਇਹਨਾਂ ਦੀ ਨੀਵੀ ਵੀ ਬਹੁਤ ਆ ਪਰ ਇਹਨਾਂ ਦੀ ਖੜਕਦੀ ਵੀ ਬਹੁਤ ਰਹੀ ਆ ਮੱਖਣ ਬਰਾੜਹੁਰੀ ਤੁਹਾਡੇ ਬਹੁਤ ਹੀ ਕਲੋਜ਼ ਵੀ ਰਹੇ ਨੇ ਅਤੇ ਤੁਹਾਡੇ ਪਸੰਦੀਦਾ ਗੀਤਕਾਰ ਵੀ ਨੇਗੇ ਉਹ ਤੁਹਾਡਾ ਰਿਸ਼ਤਾ ਕਿਵੇਂ ਦਾ ਇੱਕ ਦੂਜੇ ਦੇ ਨਾਲ ਮੈਟਰ ਸਿਲੈਕਸ਼ਨ ਕਰਦੇ ਹੋਏ ਜਾਂ ਫਿਰ ਵੈਸੇ ਕਿਤੇ ਤੁਹਾਡਾ ਹਾਂ ਬਰਾੜ ਸਾਹਿਬ ਨਾਲ ਮੇਰੀ ਮੁਲਾਕਾਤ 1998 'ਚ ਹੀ ਹੋਈ ਹੈ ਉਦੋਂ ਜਦੋਂ ਘਰੀ ਕਿਤੇ ਮੇਰੇ ਬਾਅਦ ਦਿੱਲੀ ਅਤੇ ਲਾਹੌਰ ਤੱਕ ਆਇਆ ਨਾ ਉਦੋਂ ਬਸ ਜਿਉਂ ਉੱਥੋਂ ਚੱਲੇ ਅਸੀਂ ਮੇਰੇ ਖਿਆਲ ਹੁਣ ਵੇਖ ਲਓ ਵੀ ਅੱਜ ਕਿੰਨੇ 2 ਸਾਲ ਉਹਦੇ ਲਿਓ 12 ਅਤੇ 9 21 ਇਹ ਸਾਲ ਹੋ ਗਏ ਆ ਅਤੇ ਬਹੁਤ ਸਤਿਕਾਰ ਪਿਆਰ ਇੱਕ ਤਾਂ ਮੇਰੇ ਤੋਂ ਉਮਰ 'ਚ ਵੱਡੇ ਆ ਅਤੇ ਅਸੀਂ ਵੈਸੇ ਜਦੋਂ ਅਸੀਂ ਦਿਨੇ ਹੱਸਦੇ ਖੇਡਦੇ ਰਹਿੰਦੇ ਮੈਂ ਬਾਈ ਜੀ ਕਹਿ ਦਿੰਦਾ ਉਹਨਾਂ ਨੂੰ ਬਰਾੜ ਸਾਹਿਬ ਕਹਿੰਦਾ ਅਤੇ ਪਰ ਜਦੋਂ ਰਾਇਆ ਪੂਜਾ ਕੋਈ ਉਹ ਮੈਨੂੰ ਬੜਾ ਮੋਟਾ ਘੂਰ ਵੀ ਲੈਂਦੇ ਮੈਂ ਫਿਰ ਮੈਂ ਕਹਿੰਦਾ ਜਦੋਂ ਕਿਰਾਇਆ ਲੈਣੀ ਜਾਂ ਕੋਈ ਫਿਰ ਬਾਪੂ ਜੀ ਬਣਾ ਲਈਦਾ ਇਸ ਕਰਕੇ ਬੜਾ ਅਸੀਂ ਖੁੱਲ੍ਹ ਕੇ ਵਿਚਰਦੇ ਹਾਂ ਮੁਹੱਬਤਾਂ ਬਹੁਤ ਜ਼ਿਆਦਾ ਬਿਲਕੁਲ ਸੋ ਬਹੁਤ ਮਿਹਰਬਾਨੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਆਉਣ ਵਾਲਾ ਨਵਾਂ ਗੀਤ ਪਿੰਡਾਂ ਵਾਲੇ ਜੱਟ ਅਸੀਂ ਜ਼ਰੂਰ ਸੁਣਾਂਗੇ ਅਤੇ ਆਪਣਾ ਬਣਦਾ ਫੀਡਬੈਕ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਅਤੇ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਮਿਹਰਬਾਨੀ ਥੈਂਕ ਯੂ ਸੋ ਦੋਸਤੋ ਇਸ ਸਨ ਸਾਡੇ ਨਾਲ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਗਾਇਕ ਗਿੱਲ ਹਰਦੀਪ ਹੁਰੀ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਇਹਨਾਂ ਦੇ ਗੀਤ ਤੁਸੀਂ ਸੁਣੇ ਨੇ ਅਤੇ ਇਹਨਾਂ ਦਾ ਨਵਾਂ ਆਉਣ ਵਾਲਾ ਗੀਤ ਵੀ ਤੁਸੀਂ ਜ਼ਰੂਰ ਸੁਣਿਓ ਆਪਣਾ ਫੀਡਬੈਕ ਵੀ ਇਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਮਿਲਦੇ ਹਾਂ ਸਤਿ ਸ਼੍ਰੀ ਅਕਾਲ